ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਜ ਮ੍ਰਿਗ ਮੀਨ ਪਤੰਗ ਅਲ ਇਕਤ ਇਕਤ ਰੋਗ ਪਚੰਦੇ ਮਾਣਸ ਦੇਹੀ ਪੰਜ ਰੋਗ ਪੰਜੇ ਦੂਤ ਕਸੂਤ ਕਰੰਦੇ ਆਸਾ ਮਨਸਾ ਡਾਇਣੀ ਹਰਖ ਸੋਗ ਬਹੁ ਰੋਗ ਵਧੰਦੇ ਮਨ ਮੁਖ ਦੂਜੈ ਭਾਏ ਲਗ ਭੰਬਲ ਭੂਸੇ ਖਾਏ ਪਵੰਦੇ ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹ ਚਲੰਦੇ ਸਾਧ ਸੰਗਤ ਮਿਲ ਚੱਲਣਾ ਭੱਜ ਗਏ ਠੱਗ ਚੋਰ ਡਰੰਦੇ ਲੈ ਲਾਹਾ ਨਿਜ ਘਰ ਨਿਭਾਉਂਦੇ ਸਾਧ ਸੰਗਤ ਮਿਲ ਚੱਲਣਾ ਭੱਜ ਗਏ ਠੱਗ ਚੋਰ ਡਰੰਦੇ ਲੈ ਲਾਹਾ ਨਿਜ ਘਰ ਨਿਭਾਉਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਬਾਣੀ ਗੁਰੂ ਸਰਬ ਕਲਾ ਸਮਰੱਥ ਸ਼ਬਦਾ ਅਵਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨ ਵਿੱਚ ਪਹੁੰਚ ਕੇ ਆਪ ਜੀ ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ। ਥੋੜ੍ਹਾ ਜਿਹਾ ਵੀ ਮਨ ਨੂੰ ਸੁਚੇਤ ਕਰਕੇ ਆਪਾਂ ਬੈਠ ਗਏ ਅਤੇ ਇਹ ਸਾਡੀ ਜ਼ਿੰਦਗੀ ਦਾ ਇੱਕ ਘੰਟਾ ਜੋ ਸਿਰਫ ਸਾਨੂੰ ਅੱਜ ਹੀ ਮਿਲਿਆ, ਅੱਜ ਤੋਂ ਬਾਅਦ ਨਹੀਂ ਮਿਲੇਗਾ, ਉਹ ਰੱਬ ਦੇ ਘਰ ਵਿੱਚ ਰੱਬ ਦੀ ਵਹੀ 'ਤੇ ਲਿਖਿਆ ਜਾ ਸਕਦਾ ਅਤੇ ਉਹਦੇ ਘਰ ਵਿੱਚੋਂ ਸਾਨੂੰ ਬਹੁਤ ਸਾਰੀਆਂ ਬਖਸ਼ਿਸ਼ਾਂ ਰਹਿਮਤਾਂ ਦੀ ਦਾਤ ਪ੍ਰਾਪਤ ਹੋ ਸਕਦੀ ਹੈ, ਬਸ਼ਰਤੇ ਕਿ ਇਹ ਇੱਕ ਸ਼ਰਤ ਹੈ ਕਿ ਇਸ ਸਰੀਰ ਦੇ ਵਿੱਚ ਜੋ ਸਾਡਾ ਉਸਨੂੰ ਮਨ ਕਹਿ ਲਈਏ, ਸੁਰਤ ਕਹਿ ਲਈਏ, ਧਿਆਨ ਕਹਿ ਲਈਏ, ਉਹ ਇੱਕ ਟਾਰਗੇਟ ਬਣਾ ਕੇ ਬੈਠੇ, ਨਿਸ਼ਾਨਾ ਬਣਾ ਕੇ ਵੀ ਮੈਂ ਇੰਨਾ ਚਿਰ ਜਿੱਥੇ ਕੁਝ ਗੱਲਾਂ ਸਮਝਣੀਆਂ ਨੇ ਉੱਥੇ ਮੈਂ ਜੁੜਨਾ ਵੀ ਹੈ, ਕਿਉਂਕਿ ਸਮਝਣਾ ਸਿਰਫ ਜੁੜਨ ਵਾਸਤੇ ਸਹਾਇਤਾ ਕਰ ਸਕਦਾ, ਇਸ ਤੋਂ ਵੱਧ ਨਹੀਂ। ਸਮਝਦਿਆਂ ਸਮਝਦਿਆਂ ਜਦੋਂ ਮਨ ਗੁਰੂ ਕੇ ਸ਼ਬਦ ਨਾਲ ਜੁੜਨ ਲੱਗ ਪਏ ਅਤੇ ਸਮਝਣਾ ਫਿਰ ਇਸ ਤਰ੍ਹਾਂ ਰਹਿ ਜਾਂਦਾ ਜਿਵੇਂ ਕੋਠੇ 'ਤੇ ਚੜ੍ਹਨ ਵਾਸਤੇ ਪੌੜੀ ਨੂੰ ਆਦਮੀ ਛੱਡ ਦਿੰਦਾ ਅਤੇ ਕੋਠੇ 'ਤੇ ਚੜ੍ਹ ਜਾਂਦਾ। ਗੁਰਮਤਿ ਵਿਚਾਰ, ਗੁਰਮਤਿ ਕੀਰਤਨ, ਗੁਰਬਾਣੀ ਦਾ ਪਾਠ ਅਤੇ ਪੌੜੀ ਹੈ, ਇਹਦੇ ਉੱਤੇ ਅਸੀਂ ਪੈਰ ਰੱਖ ਕੇ ਰੱਬ ਦੇ ਘਰ ਵੱਲ ਦਾਖਲ ਹੋਣਾ, ਉਹਦੇ ਨਾਲ ਜੁੜਨਾ, ਜੋੜ ਪਾਉਣਾ, ਸਾਂਝ ਪਾਉਣੀ ਹੈ, ਮਿੱਤਰਤਾ ਬਣਾਉਣੀ ਹੈ ਅਤੇ ਇਹੀ ਮਾਰਗ ਹੈ। ਪੌੜੀ ਤੋਂ ਬਿਨਾਂ ਛੱਤ ਨਹੀਂ, ਬੇੜੀ ਤੋਂ ਬਿਨਾਂ ਪਾਰਲਾ ਕਿਨਾਰਾ ਨਹੀਂ, ਗੁਰੂ ਕੇ ਸ਼ਬਦ ਤੋਂ ਬਿਨਾਂ ਰੱਬ ਨਾਲ ਸਾਂਝ ਪਾ ਸਕਣੀ ਅਸੰਭਵ ਹੈ ਅਤੇ ਉਸ ਸਾਂਝ ਤੋਂ ਬਿਨਾਂ ਮਨੁੱਖ ਇਸ ਜ਼ਿੰਦਗੀ ਦੇ ਵਿੱਚ ਬੇਚੈਨ, ਦੁਖੀ, ਇਉਂ ਲੱਗਦਾ ਉਸਨੂੰ ਕਿ ਮੈਂ ਆਪਣੀ ਜ਼ਿੰਦਗੀ ਐਵੇਂ ਹੀ ਜੀ ਰਿਹਾ,
ਰਿਪੀਟਿੰਗ ਚੱਲ ਰਹੀ ਹੈ ਜ਼ਿੰਦਗੀ ਵਿੱਚ ਹਰ ਰੋਜ਼ ਪਰਤ ਪਰਤ ਕੇ ਉਹ ਹੀ ਕਰੀ ਜਾ ਰਿਹਾ ਕਈ ਸਾਲਾਂ ਤੋਂ। ਸਵੇਰੇ ਉੱਠੇ, ਪ੍ਰਸ਼ਾਦਾ ਛਕਿਆ, ਸੌਂ ਗਏ, ਜਾਗ ਪਏ, ਕੰਮ ਕਰ ਲਿਆ, ਫਿਰ ਸੌਂ ਗਏ, ਫਿਰ ਉੱਠ ਪਏ, ਦੁਹਰਾਈ, ਵਾਰ ਵਾਰ ਰਿਪੀਟਿੰਗ। ਅਤੇ ਰਿਪੀਟਿੰਗ ਬੰਦੇ ਨੂੰ ਅਕਾਉਂਦੀ ਹੈ। ਆਦਮੀ ਚਾਹੁੰਦਾ ਮੈਂ ਕਿਸੇ ਨਵੇਂ ਥਾਂ 'ਤੇ ਜਾਵਾਂ, ਕੋਈ ਨਵੀਂ ਗੱਲ ਸੁਣਾ, ਕੋਈ ਨਵਾਂ ਕੱਪੜਾ ਪਾਵਾਂ। ਸਤਿਗੁਰੂ ਨੇ ਕਿਹਾ ਜਿੱਥੇ ਤੂੰ ਜਿਸ ਚੱਕਰ ਦੇ ਵਿੱਚ ਗੇੜੇ ਕੱਢ ਰਿਹਾ, ਇਸ ਚੱਕਰ ਵਿੱਚ ਹਜ਼ਾਰਾਂ ਸਾਲਾਂ ਤੋਂ ਬਹੁਤ ਸਾਰੇ ਲੋਕ ਇੱਥੋਂ ਦੀ ਲੰਘੇ ਨੇ, ਪਰ ਸੱਚਾਈ ਇਹ ਹੈ ਵੀ ਇਹ ਜ਼ਿੰਦਗੀ ਜਿੱਥੋਂ ਤੁਰਦੀ ਉੱਥੇ ਵਾਪਸ ਆ ਜਾਂਦੀ ਹੈ, ਪਹੁੰਚਦੀ ਨਹੀਂ ਕਿਤੇ, ਚੱਕਰ ਘੁੰਮ ਕੇ ਉੱਥੇ ਵਾਪਸ ਆ ਜਾਂਦਾ। ਜਿਨ੍ਹਾਂ ਨੇ ਇਸ ਜ਼ਿੰਦਗੀ ਦੇ ਵਿੱਚ ਗੁਰੂ ਕੇ ਸ਼ਬਦ ਨਾਲ ਸਾਂਝ ਪਾਈ ਹੈ, ਸਿਮਰਨ ਕੀਤਾ ਹੈ, ਬੰਦਗੀ ਕੀਤੀ ਹੈ, ਉਹਨਾਂ ਵਾਸਤੇ ਸਰੀਰ ਇੱਕ ਪਲੇਟਫਾਰਮ ਬਣ ਗਿਆ। ਜਿਵੇਂ ਜਹਾਜ਼ ਆਪਣੇ ਏਅਰਪੋਰਟ ਤੋਂ ਉੱਡਦਾ, ਸਫ਼ਰ ਕਰਦਾ ਅਤੇ ਵਾਪਸ ਆ ਜਾਂਦਾ, ਬਹੁਤ ਸਾਰਾ ਸਫ਼ਰ, ਬਹੁਤ ਸਾਰੀ ਯਾਤਰਾ ਕਰ ਲੈਂਦਾ। ਇਸ ਤਰ੍ਹਾਂ ਇਹ ਸਰੀਰ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਉਸ ਉੱਚੀ ਗੱਲ ਵਾਸਤੇ ਦਿੱਤਾ ਹੈ ਜਿਹਨੂੰ ਸਤਿਗੁਰੂ ਨੇ ਕਿਹਾ ਇੱਕ ਨੂੰ ਬੁੱਝਣਾ, ਇੱਕ ਨਾਲ ਜੁੜਨਾ, ਇੱਕ ਨਾਲ ਸਾਂਝ ਪਾਉਣੀ। ਭਾਈ ਗੁਰਦਾਸ ਜੀ ਅੱਜ ਦੀ ਪੌੜੀ ਵਿੱਚ ਜੋ 20 ਔਰ 21 ਨੰਬਰ ਦੋ ਪੌੜੀਆਂ ਨੇ ਪੰਜਵੀਂ ਵਾਰ ਦੀਆਂ, ਇਹਨਾਂ ਵਿੱਚ ਪਹਿਲੀ ਪੌੜੀ ਜੋ ਮੈਂ ਆਪ ਜੀ ਨਾਲ ਸਾਂਝੀ ਕਰਾਂਗਾ, ਉਹਦੇ ਵਿੱਚ ਭਾਈ ਗੁਰਦਾਸ ਜੀ ਨੇ ਇਸ ਸਰੀਰ ਦੇ ਵਿੱਚ ਕਈ ਐਸੀਆਂ ਚੀਜ਼ਾਂ ਦਾ ਵਰਣਨ ਕੀਤਾ ਜੋ ਸਾਡੀ ਪਹੁੰਚ ਤੋਂ ਪਰੇ ਨੇ, ਅਸੀਂ ਉਹਨਾਂ ਨੂੰ ਵਹਿੰਦੇ ਨੇ, ਵੇਖ ਨਹੀਂ ਸਕਦੇ। ਭਾਈ ਗੁਰਦਾਸ ਜੀ ਕਹਿੰਦੇ ਤੇਰੇ ਸਰੀਰ ਦੇ ਵਿੱਚ ਇੱਕ ਹਾਥੀ ਹੈ, ਇੱਕ ਮਿਰਗ ਹੈ, ਇੱਕ ਮੱਛੀ ਹੈ, ਇੱਕ ਪਤੰਗਾ ਹੈ, ਇੱਕ ਭੌਰਾ ਹੈ। ਇਹ ਚੀਜ਼ਾਂ ਤੁਸੀਂ ਬਾਹਰ ਸੰਸਾਰ ਵਿੱਚ ਵੇਖ ਸਕਦੇ ਹੋ। ਗਜ ਦੇ ਅਰਥ ਨੇ ਹਾਥੀ, ਮਿਰਗ ਦੇ ਅਰਥ ਵੀ ਤੁਸੀਂ ਜਾਣਦੇ ਹੋ ਹਿਰਨ, ਮੀਨ ਦੇ ਅਰਥ ਤੁਸੀਂ ਜਾਣਦੇ ਹੋ ਮੱਛੀ, ਪਤੰਗਾ ਜਿੱਥੇ ਲਾਈਟ ਜਗਦੀ ਹੈ ਉੱਥੇ ਰਾਤ ਨੂੰ ਕੀੜੇ ਉੱਡ ਕੇ ਆਉਂਦੇ ਨੇ, ਉਹਨਾਂ ਨੂੰ ਪਤੰਗਾ ਕਹਿੰਦੇ। ਅਲ ਦੇ ਅਰਥ ਨੇ ਭਵਰਾ, ਕਦੀ ਕਦੀ ਤੁਸੀਂ ਫੁੱਲਾਂ ਦੇ ਉੱਤੇ ਉੱਡਦੇ ਹੋਏ ਕਾਲੇ ਰੰਗ ਦੇ ਭੌਰੇ ਨੂੰ ਵੇਖੋਗੇ। ਸਤਿਗੁਰੂ ਭਾਈ ਗੁਰਦਾਸ ਜੀ ਕਹਿ ਰਹੇ ਵੀ ਤੇਰਾ ਸਰੀਰ ਬਾਹਰੋਂ ਤਾਂ ਮਨੁੱਖ ਦਾ ਹੈ, ਪਰ ਤੈਨੂੰ ਮੈਂ ਇੱਕ ਗੱਲ ਧਿਆਨ ਵਿੱਚ ਲਿਆਵਾਂ, ਤੂੰ ਆਪਣੇ ਅੰਦਰ ਅੱਖ ਬੰਦ ਕਰਕੇ ਵੇਖ, ਤੇਰੇ ਵਿੱਚ ਕਿਤੇ ਹਾਥੀ ਫਿਰ ਰਿਹਾ, ਤੇਰੇ ਵਿੱਚ ਕਿਤੇ ਮਿਰਗ ਫਿਰਦਾ, ਕਿਤੇ ਮੱਛੀ ਘੁੰਮ ਰਹੀ ਹੈ, ਕਿਤੇ ਪਤੰਗਾ ਉੱਡਿਆ ਫਿਰਦਾ, ਕਿਤੇ ਹੋਰ ਕਹਿੰਦੇ ਭਵਰਾ ਵੀ ਹੈ ਤੇਰੇ ਸਰੀਰ ਵਿੱਚ। ਪੁੱਛੀਏ ਜੀ ਸਾਡਾ ਸਰੀਰ ਤਾਂ ਅਸੀਂ ਚੰਗੀ ਤਰ੍ਹਾਂ ਵੇਖਿਆ। ਕਹਿੰਦੇ ਇਹ ਪੰਜ ਬਿਰਤੀਆਂ ਨੇ, ਹਾਥੀ ਵਿੱਚ ਬਿਰਤੀ ਹੁੰਦੀ ਹੈ ਜ਼ਿਆਦਾਤਰ ਵਾਸ਼ਨਾ ਦੀ, ਕਾਮ ਦੀ, ਪਰਸਨ ਦੀ, ਸਪਰਸ਼ ਕਰਨਾ, ਟੱਚ ਕਰਨਾ। ਮਨੁੱਖ ਦੇ ਜੀਵਨ ਵਿੱਚ ਵੀ ਇਹ ਬਹੁਤ ਵੱਡੀ ਪ੍ਰਬਲ ਸ਼ਕਤੀ ਹੈ, ਕਾਮ ਸ਼ਕਤੀ, ਵਾਸ਼ਨਾ ਸ਼ਕਤੀ ਬਹੁਤ ਤੇਜ਼। ਤੁਸੀਂ ਕਦੀ ਧਿਆਨ ਨਾਲ ਬਾਣੀ ਪੜ੍ਹਨਾ, ਜਦੋਂ ਪੰਜ ਵਿਕਾਰਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਚੱਲੇਗੀ, ਉਹਦੇ ਵਿੱਚ ਪਹਿਲਾਂ ਨਾ ਹੰਕਾਰ ਆਏਗਾ, ਨਾ ਲੋਭ ਆਏਗਾ, ਨਾ ਮੋਹ ਆਏਗਾ, ਨਾ ਹੋਰ ਕਿਸੇ ਵਿਕਾਰ ਦੀ ਗੱਲ ਕੀਤੀ ਜਾਏਗੀ, ਸਭ ਤੋਂ ਪਹਿਲਾਂ ਕਾਮ ਦੀ ਗੱਲ ਆਵੇਗੀ। ਕਿਉਂਕਿ ਇਹ ਸਬਕ ਤੌਰ 'ਤੇ ਇਹਦੀ ਵਿਆਖਿਆ ਕੋਈ ਨਹੀਂ, ਇਹਨੂੰ ਅਸ਼ਲੀਲ ਕਹਿੰਦੇ ਨੇ। ਜਿੰਨਾ ਅਸੀਂ ਇਹਨੂੰ ਅਸ਼ਲੀਲ ਕਹਿ ਕੇ ਅੱਖੋਂ ਪਰੋਖੇ ਕਰਨੇ ਹਾਂ, ਓਨਾ ਹੀ ਇਹ ਬੰਦੇ ਦੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਭਾਰੂ ਹੈ, ਸਭ ਤੋਂ ਜ਼ਿਆਦਾ ਕੰਮ ਕਰਦਾ। ਇਹ ਹਾਥੀ ਦੀ ਬਿਰਤੀ ਮਨੁੱਖ ਦੇ ਅੰਦਰ ਵਰਤ ਰਹੀ ਹੈ ਲਗਾਤਾਰ, ਹਾਲਾਂਕਿ ਇਹਦੀ ਵਰਤੋਂ ਵਾਸਤੇ ਅਕਾਲ ਪੁਰਖ ਨੇ ਇਹ ਸ਼ਕਤੀ ਬਣਾਈ ਹੈ। ਇਹ ਸਰੀਰ ਦੇ ਜਿੰਨੇ ਇੰਦਰੇ ਬਣਾਏ ਨੇ, ਅੱਖਾਂ ਬਣਾਈਆਂ ਨੇ, ਮੂੰਹ ਬਣਾਇਆ, ਨਾਸਕਾ ਬਣਾਈ ਹੈ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਇਹ ਨੌ ਦੁਆਰਿਆਂ ਦੇ ਰਾਹੀਂ ਇਹ ਪੰਜ ਵਿਕਾਰ ਕੰਮ ਕਰਦੇ ਨੇ।
ਵਿਕਾਰ ਵੀ ਉਹਨੇ ਵਿੱਚ ਆਪ ਪਾਏ ਨੇ। ਇਹ ਕਿਉਂ ਬਣਾਏ ਸਨ? ਇਹਨਾਂ ਦੇ ਦੋ ਕੰਮ ਸਨ, ਇਹਨਾਂ ਦੇ ਦੋ ਕਾਰਜ ਸਨ। ਉਹ ਸ਼ਬਦ ਮੈਂ ਕਹਿ ਦਿਆਂਗਾ, ਵਿਕਾਸ ਅਤੇ ਨਿਕਾਸ ਵਾਸਤੇ ਆਹ ਜਿਹੜੇ ਨੌ ਦੁਆਰੇ ਬਣਾਏ ਨੇ। ਵਿਕਾਸ ਸੰਸਾਰ ਦਾ ਅੱਗੇ ਵਧਣਾ, ਇਹਨਾਂ ਤੋਂ ਬਿਨਾਂ ਨਹੀਂ ਹੋ ਸਕਦਾ। ਅਤੇ ਅਕਾਲ ਪੁਰਖ ਦੀ ਆਪਣੀ ਚਾਹਤ ਹੈ ਕਿ ਸੰਸਾਰ ਵੱਧਦਾ ਹੀ ਜਾਏ, ਵੱਧਦਾ ਜਾਏ, ਇੱਕ ਤੋਂ ਅਨੇਕ ਹੁੰਦਾ ਜਾਏ, ਇੱਕ ਤੋਂ ਅਨੇਕ ਹੁੰਦਾ ਜਾਏ। ਉਹਦੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਜਿੰਨੇ ਵੀ ਜੀਵ ਇਸ ਧਰਤੀ 'ਤੇ ਪਾਏ ਉਹਨਾਂ ਦੇ ਵਿੱਚ ਵਾਸ਼ਨਾ ਸ਼ਕਤੀ ਪੈਦਾ ਕੀਤੀ, ਕਾਮ ਸ਼ਕਤੀ ਪੈਦਾ ਕੀਤੀ, ਜਿਹਦੇ ਰਾਹੀਂ ਸੰਸਾਰ ਵਿੱਚ ਵਾਧਾ ਹੁੰਦਾ ਹੈ। ਪਰ ਜਦੋਂ ਇਹ ਤਾਕਤ ਬਹੁਤਾਤ ਵਿੱਚ ਵੱਧਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਭਾਈ ਤੇਰੇ ਸਰੀਰ ਦੇ ਵਿੱਚ ਜਿਹੜਾ ਅੰਮ੍ਰਿਤ ਹੈ ਨਾ, ਉਹ ਕਾਮ ਰਸ ਖਿੱਚ ਲੈਂਦਾ, ਉਹਦੇ ਵਿੱਚ ਬਦਲ ਜਾਂਦਾ ਹੈ। ਤੇਰੀ ਦੇਹ ਵਿੱਚ ਜਿਹੜਾ ਅੰਮ੍ਰਿਤ ਤੂੰ ਪੀਣਾ ਸੀ ਨਾ, ਆਪਾਂ ਅੰਮ੍ਰਿਤ ਛਕਦੇ ਹਾਂ, ਖੰਡੇ ਬਾਟੇ ਦਾ ਅੰਮ੍ਰਿਤ ਸਾਨੂੰ ਪੰਜ ਪਿਆਰੇ ਪਿਆਉਂਦੇ ਨੇ, ਅਤੇ ਉਹ ਇਹ ਦੱਸਦੇ ਭਾਈ ਤੂੰ ਇਹ ਅੰਮ੍ਰਿਤ ਅੱਜ ਛਕਿਆ ਨਾ, ਹੁਣ ਤੂੰ ਇਸ ਅੰਮ੍ਰਿਤ ਦੀ ਕਮਾਈ ਕਰਨੀ ਹੈ, ਰਹਿਤ ਦੀ ਕਮਾਈ ਕਰਨੀ, ਕਕਾਰਾਂ ਦੀ ਰਹਿਤ ਰੱਖਣੀ ਹੈ, ਸਰੀਰ ਦੀ ਰਹਿਤ ਰੱਖਣੀ ਹੈ ਅਤੇ ਮਨ ਦੀ ਰਹਿਤ ਕਮਾਉਣੀ। ਜਦੋਂ ਤੂੰ ਰਹਿਤ ਕਮਾਉਂਦਾ ਜਾਏਗਾ ਨਾ, ਤੂੰ ਵੇਖੇਗਾ ਤੇਰੇ ਅੰਦਰ ਜਿਹੜੀਆਂ ਬਿਰਤੀਆਂ ਨੈਗੇਟਿਵ ਨੇ, ਨਾ ਵਾਚਕ ਨੇ, ਤੇਰਾ ਜੀਵਨ ਦਾ ਨੁਕਸਾਨ ਕਰਦੀਆਂ ਨੇ, ਉਹ ਤੇਰੀ ਸਹਾਇਤਾ ਕਰਨ ਲੱਗ ਪੈਣਗੀਆਂ। ਪੰਜ ਵਿਕਾਰ ਜਿਹੜੇ ਨੇ, ਕਾਮ ਰਸ ਜਿਹੜਾ ਜਦੋਂ ਉਹਦੇ ਵਿੱਚ ਨਾਮ ਕੰਮ ਕਰਨ ਲੱਗ ਪਏਗਾ, ਉਸ ਕਾਮ ਦੀ ਸ਼ਕਤੀ ਨੂੰ ਨਾਮ ਜਿਹੜਾ ਰਾਮ ਰਸ ਵਿੱਚ ਬਦਲਣਾ ਸ਼ੁਰੂ ਕਰ ਦੇਗਾ। ਰਾਮ ਰਸ ਹੋਰ ਕਿਸੇ ਚੀਜ਼ ਦਾ ਨਹੀਂ ਬਣਨਾ, ਧਿਆਨ ਦੇ, ਜਿਹਨੂੰ ਅੰਮ੍ਰਿਤ ਕਿਹਾ ਨਾ, ਗੁਰਬਾਣੀ ਵਿੱਚ ਕਿਹਾ ਇਸ ਦੇਹੀ ਮੈਂ ਪੰਚ ਚੋਰ ਬਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਮਹਾਰਾਜ ਜੀ ਨੇ ਕਿਹਾ ਵੀ ਇਹ ਸਰੀਰ ਦੇ ਵਿੱਚ ਤੇਰੇ ਕੱਲੀਆਂ ਨਾੜੀਆਂ ਹੱਡੀਆਂ ਮਾਸ ਨਹੀਂ, ਇਹਦੇ ਵਿੱਚ ਪੰਜ ਚੋਰ। ਚੋਰ ਕਿਉਂ ਕਿਹਾ ਸੀ? ਚੋਰ ਤਾਂ ਕਿਹਾ ਵੀ ਚੋਰ ਦਿਸਦਾ ਨਹੀਂ, ਲੁੱਕ ਕੇ ਰਹਿੰਦਾ, ਧਿਆਨ ਦੇਣਾ। ਹੁਣ ਆਪਾਂ ਬੈਠੇ ਹਾਂ ਨਾ, ਅਤੇ ਕਬੀਰ ਜੀ ਕਹਿੰਦੇ ਇਸ ਤਨ ਮਨ ਮਦੇ ਮਦਨ ਚੋਰ, ਕਾਮ ਦਾ ਚੋਰ ਵਿੱਚ ਲੁੱਕ ਕੇ ਬੈਠਾ, ਪ੍ਰਗਟ ਨਹੀਂ ਹੁੰਦਾ, ਕਿਉਂਕਿ ਸੰਸਾਰ ਸਾਨੂੰ ਵੇਖ ਰਿਹਾ ਹੈ। ਸੰਸਾਰ ਵੇਖ ਰਿਹਾ, ਇਸ ਕਰਕੇ ਅਸੀਂ ਬੜੇ ਸੱਭਿਅਕ, ਬੜੇ ਸਿਆਣੇ, ਬੜੇ ਕਰੈਕਟਰ ਵਾਲੇ ਬਣੇ ਹਾਂ। ਚੋਰ ਤਾਂ ਕਿਹਾ ਇਹਨਾਂ ਨੂੰ ਕਿ ਲੁੱਕ ਜਾਂਦੇ ਨੇ ਅੰਦਰ, ਫੜੇ ਨਹੀਂ ਜਾਂਦੇ, ਮਨ ਦੇ ਵਿੱਚ ਲੁੱਕ ਰਹਿੰਦੇ ਨੇ। ਸਤਿਗੁਰੂ ਨੇ ਕਿਹਾ ਵੀ ਪੰਜ ਚੋਰ ਤੇਰੇ ਸਰੀਰ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਕੋਈ ਤਸਵੀਰ ਨਹੀਂ ਬਾਹਰੋਂ, ਉਹ ਅਦ੍ਰਿਸ਼ਟ ਸ਼ਕਤੀਆਂ ਨੇ। ਮਹਾਰਾਜ ਜੀ ਕਰਦੇ ਕੀ ਨੇ? ਕੋਈ ਨਾ ਕੋਈ ਕੰਮ ਤਾਂ ਕਰਦੇ ਹੋਣਗੇ ਨਾ, ਉਹਨਾਂ ਦਾ ਕਾਰੋਬਾਰ ਕੀ ਹੈ? ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਕਾਰੋਬਾਰ ਉਹਨਾਂ ਦਾ ਬੜਾ ਖਤਰਨਾਕ ਹੈ। ਖਤਰਨਾਕ ਕਿਵੇਂ? ਕਹਿੰਦੇ ਵੀ ਜਿਸ ਰੱਬ ਨੇ ਤੇਰੀ ਦੇਹ ਬਣਾਈ ਹੈ ਨਾ, ਇਸ ਦੇਹ ਨੂੰ ਖੁਸ਼ ਰੱਖਣ ਵਾਸਤੇ ਅਤੇ ਪ੍ਰਫੁੱਲਿਤ ਰੱਖਣ ਵਾਸਤੇ ਅਤੇ ਤੰਦਰੁਸਤ ਰੱਖਣ ਵਾਸਤੇ, ਤੇਰੇ ਮਨ ਨੂੰ ਟਿਕਾਉਣ ਵਾਸਤੇ ਵਾਹਿਗੁਰੂ ਨੇ ਜਿੱਦਣ ਤੇਰੀ ਦੇਹ ਬਣਾਈ ਸੀ ਨਾ, ਉਦਣ ਤੇਰੇ ਵਿੱਚ ਅੰਮ੍ਰਿਤ ਦੀਆਂ ਕੁਝ ਬੂੰਦਾਂ ਪਾਈਆਂ ਸਨ, ਬਈ ਇਹ ਇਸ ਅੰਮ੍ਰਿਤ ਨੂੰ ਪੀਵੇ ਕਰੇਗਾ, ਵਿੱਚੋਂ ਰੋਜ਼ ਕੱਢ ਕੇ ਅੰਦਰੋਂ ਪੀਵੇਗਾ। ਔਰ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਸਵਾਲ ਕੀਤਾ ਹੈ ਵੀ ਆਪਾਂ ਇੱਥੇ ਕੀ ਕਰਨ ਵਾਸਤੇ ਜੰਮੇ ਹਾਂ, ਸਿੱਧੀ ਪੰਜਾਬੀ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ, ਜਨਮ ਸਾਡਾ ਕਿਉਂ ਹੋਇਆ? ਸਵਾਲ ਬੜਾ ਵੱਡਾ ਹੈ, ਆਪਾਂ ਕਦੀ ਪੁੱਛਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਨਮ? ਇੱਕ ਗੱਲ ਚੇਤੇ ਵਿੱਚ ਰੱਖਣਾ, ਮੈਂ ਇਹ ਗੱਲ ਕੌੜੀ ਜੀ ਤੁਹਾਡੇ ਨਾਲ ਸਾਂਝੀ ਕਰ ਦਿਆਂਗਾ, ਜਿਸ ਕੰਮ ਦਾ ਕੋਈ ਮਿਸ਼ਨ ਨਹੀਂ, ਜਿਹਦਾ ਕੋਈ ਟਾਰਗੇਟ ਨਹੀਂ, ਜਿਹਦਾ ਕੋਈ ਨਿਸ਼ਾਨਾ ਨਹੀਂ, ਉਹ ਕੰਮ ਸ਼ੁਰੂ ਹੀ ਨਾ ਕਰਨਾ, ਨਹੀਂ ਤਾਂ ਉਹਦੇ ਵਿੱਚ ਕੱਖ ਨਹੀਂ ਮਿਲਣਾ, ਨੀਂਦ ਆ ਜਾਏਗੀ, ਇੱਕ ਦੂਜੇ ਨੂੰ ਮੋਢੇ ਮਾਰਦੇ ਰਹਾਂਗੇ। ਕਿਉਂ? ਨਿਸ਼ਾਨਾ ਹੀ ਕੋਈ ਨਹੀਂ, ਧਰਮ ਕੋਈ ਸੈਰ ਨਹੀਂ ਹੈ, ਸੈਰ ਦਾ ਵੀ ਅਜੇ ਕੋਈ ਟਾਰਗੇਟ ਹੈ, ਸਰੀਰ ਦੀ ਤੰਦਰੁਸਤੀ। ਮੈਂ ਕਹਿੰਦਾ ਲੋਕ ਧਰਮ ਹੀ ਦੁਨੀਆ ਵਿੱਚ ਤੁਰ ਰਹੇ ਨੇ, ਸੈਰ ਜਿੰਨੇ ਟਾਰਗੇਟ ਵੀ ਨਹੀਂ ਉਹਨਾਂ ਦਾ। ਚਲੋ ਸੈਰ ਕਰਨ ਦਾ ਵੀ ਕੋਈ ਨਾ ਕੋਈ ਤਾਂ ਨਿਸ਼ਾਨਾ ਹੁੰਦਾ ਵੀ ਇੰਨੇ ਗੇੜੇ ਕੱਢਣੇ ਨੇ, ਇੰਨੇ ਕਿਲੋਮੀਟਰ ਤੁਰਨਾ ਅਤੇ ਸਰੀਰ ਨੂੰ ਤੰਦਰੁਸਤੀ ਮਿਲੇਗੀ। ਜਿਸ ਕੰਮ ਦਾ ਨਿਸ਼ਾਨਾ ਨਹੀਂ, ਅਕੇਵਾਂ ਵੀ ਉਹਦੇ ਵਿੱਚ ਆਏਗਾ, ਨੀਂਦ ਵੀ ਉਹਦੇ ਵਿੱਚ ਆਏਗੀ ਅਤੇ ਦੁੱਖ ਵੀ ਉਹਦੇ ਵਿੱਚ ਆਏਗਾ, ਧਿਆਨ ਦੇਣਾ। ਜਿਸ ਕੰਮ ਨੂੰ ਅਸੀਂ ਕਰ ਰਹੇ ਹਾਂ, ਜੇ ਉਹਦੇ ਵਿੱਚ ਸਾਡਾ ਮਨ ਸ਼ਾਮਿਲ ਨਹੀਂ ਨਾ, ਨੀਅਤ ਸ਼ਾਮਿਲ ਨਹੀਂ,
ਅਤੇ ਜਿਹੜੀਆਂ ਅੰਦਰਲੀਆਂ ਸ਼ਕਤੀਆਂ ਨੇ ਸਾਨੂੰ ਸੁੱਖ ਦੇਣਾ ਸੀ ਉਹ ਦੁੱਖ ਦੇਣਾ ਸ਼ੁਰੂ ਕਰ ਦੇਣਗੀਆਂ, ਕਿਉਂਕਿ ਅਸੀਂ ਸਹਿਮਤ ਹੈ ਨਹੀਂ ਉਹਦੇ ਨਾਲ, ਸਾਡਾ ਅੰਦਰਲਾ ਹਿੱਸਾ ਉਹਦੇ ਨਾਲ ਜੁੜਿਆ ਹੀ ਕੋਈ ਨਹੀਂ ਹੋਇਆ। ਇਸ ਕਰਕੇ ਧਰਮੀ ਦੁਨੀਆਂ ਵਿੱਚ ਵੀ ਦੁੱਖ, ਨੀਂਦ, ਅਕੇਵਾਂ, ਕਿਉਂ? ਸਾਡਾ ਕੋਈ ਨਿਸ਼ਾਨਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਪੁੱਛਿਆ ਵੀ ਅਸੀਂ ਇੱਥੇ ਕਿਉਂ ਜਨਮੇ ਹਾਂ, ਕਾਹਦੇ ਵਾਸਤੇ ਆਏ ਹਾਂ? ਪ੍ਰਸ਼ਾਦੇ ਛਕਣ ਵਾਸਤੇ, ਵੱਡੇ ਵੱਡੇ ਅਹੁਦਿਆਂ 'ਤੇ ਬਹਿ ਕੇ ਨੌਕਰੀ ਕਰਨ ਲਈ, ਜ਼ਮੀਨ ਬਣਾਉਣ ਲਈ, ਜਾਇਦਾਦ ਬਣਾਉਣ ਲਈ, ਵਿਦਵਾਨ ਵਿਦਵਾਨ ਬਣਨ ਲਈ? ਹਜ਼ੂਰ ਨੇ ਸਾਰੀਆਂ ਗੱਲਾਂ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਇਹ ਤਾਂ ਸਿਰਫ ਇੱਥੇ ਰਹਿਣ ਦੀਆਂ ਤੇਰੀਆਂ ਸਰੀਰਕ ਘਟਨਾਵਾਂ ਨੇ, ਆਪਣੇ ਆਪ ਹੀ ਹੋ ਜਾਂਦੀਆਂ। ਜਦ ਤੂੰ ਰਹੇਗਾ, ਰੋਟੀ ਆਪਣੇ ਆਪ ਤੈਨੂੰ ਲੋੜ ਪਏਗੀ, ਤੂੰ ਖਾਣੀ ਹੈ, ਪਰ ਤੇਰਾ ਨਿਸ਼ਾਨਾ ਰੋਟੀ ਖਾਣੀ ਨਹੀਂ ਹੈ, ਤੇਰਾ ਨਿਸ਼ਾਨਾ ਨਹੀਂ ਹੈ। ਜਦਕਿ ਤੂੰ ਸਮਝ ਲਿਆ ਮਹਾਰਾਜ ਕਾਹਦੇ ਵਾਸਤੇ ਆਏ ਹਾਂ ਇੱਥੇ, ਕਾਰਨ ਕੀ ਇੱਥੇ ਜਨਮ ਲੈਣ ਦਾ? ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਨਾਮ ਦੇ ਖਜ਼ਾਨੇ ਅੰਮ੍ਰਿਤ ਨੂੰ ਪੀਣ ਲਈ ਤੁਸੀਂ ਦੁਨੀਆਂ ਵਿੱਚ ਆਏ ਹੋ। ਜਵਾਬ ਦੇ ਦਿੱਤਾ ਵੀ ਬੰਦਾ ਇੱਥੇ ਅੰਮ੍ਰਿਤ ਪੀਣ ਲਈ ਆਇਆ ਹੈ। ਹੁਣ ਇਹ ਸਾਨੂੰ ਪਤਾ ਲੱਗ ਜਾਏਗਾ ਵੀ ਅਸੀਂ ਉਸ ਮਾਰਗ ਦੇ ਉੱਤੇ ਅੰਮ੍ਰਿਤ ਪੀਣ ਲਈ ਅਜੇ ਇੱਕ ਵੀ ਕਦਮ ਰੱਖਿਆ ਕਿ ਨਹੀਂ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਗੁਰੂ ਕੋਲ, ਗੁਰੂ ਦੇ ਸ਼ਬਦ ਵਿੱਚ ਹੈ। ਛੋਡੋ ਵੇਸ਼ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਕਹਿੰਦੇ ਤੂੰ ਅੰਮ੍ਰਿਤ ਪੀਣ ਲਈ ਆਇਆ, ਅਤੇ ਸਤਿਗੁਰੂ ਨੇ ਕਿਹਾ ਤੇਰੇ ਸਰੀਰ ਦੇ ਵਿੱਚ ਜਿਹੜਾ ਇਹ ਕਾਮ ਵੱਸਦਾ ਨਾ, ਤੇਰੇ ਸਰੀਰ 'ਚ ਜਿਹੜੀ ਅੰਮ੍ਰਿਤ ਦੀ ਸ਼ਕਤੀ ਬਣਦੀ ਹੈ ਉਹਨੂੰ ਨਾਲੋਂ ਨਾਲ ਚੋਰੀ ਕਰਕੇ ਪੀ ਜਾਂਦਾ, ਅਤੇ ਤੂੰ ਭੁੱਖਾ ਰਹਿੰਦਾ ਹੈ। ਤੇਰੇ ਮਨ ਨੂੰ ਅੰਮ੍ਰਿਤ ਮਿਲਦੇ ਨੇ। ਕਾਮ ਕੀ ਕਰਦਾ, ਕ੍ਰੋਧ ਕੀ ਕਰਦਾ? ਇਸ ਦੇਹੀ ਮੈਂ ਪੰਚ ਚੋਰ ਵਸੈਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਹਜ਼ੂਰ ਕਹਿੰਦੇ ਅੰਮ੍ਰਿਤ ਲੂਟੈ, ਮਨ ਮੁੱਖ ਨਹੀਂ ਬੂਝੈ। ਇਹ ਬੁੱਝਣਾ ਕੋਈ ਸੌਖਾ ਗੱਲ ਹੈ? ਜਿੱਥੇ ਤੁਸੀਂ ਬੈਠੇ ਹੋ, ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਇਸ ਧਰਤੀ ਦੀ ਸਭ ਤੋਂ ਔਖੀ ਵਿੱਦਿਆ ਹੈ ਜੇ ਅਸੀਂ ਸਟੂਡੈਂਟ ਬਣ ਕੇ ਆਏ। ਇਹ ਸਭ ਤੋਂ ਔਖੀ ਵਿੱਦਿਆ ਜਿੱਥੇ ਤੁਸੀਂ ਬੈਠੇ ਹੋ। ਜੇ ਤੁਸੀਂ ਪੜ੍ਹਨ ਆਏ ਹੋ, ਜੇ ਤੁਸੀਂ ਸਿੱਖਣ ਆਏ ਹੋ, ਤਾਂ ਜੇ ਛੱਤ ਵੇਖਣ ਆਏ ਹੋ ਫਿਰ ਕੁਝ ਵੀ ਨਹੀਂ, ਜੇ ਪੱਖੇ ਗਿਣਨ ਆਏ ਹੋ ਫਿਰ ਕੁਝ ਵੀ ਨਹੀਂ। ਇੱਥੇ ਇਹ ਸਭ ਤੋਂ ਮਹਿੰਗੀ ਸਟੱਡੀ ਹੈ ਇਸ ਧਰਤੀ ਦੀ, ਪਰ ਬੜੇ ਘੱਟ ਲੋਕ ਇਸ ਵਿੱਦਿਆ ਨੂੰ ਪੜ੍ਹਦੇ ਨੇ। ਜੱਗ ਮੈਂ ਉੱਤਮ ਕਾਢੀ ਹੈ, ਵਿਰਲੇ ਕਹੀ ਕਿ ਬੜੇ ਘੱਟ ਨੇ, ਇਹਦੇ ਵਪਾਰੀ ਬੜੇ ਘੱਟ ਨੇ। ਕਹਿੰਦੇ ਵੀ ਤੂੰ ਦੱਸ ਅੰਮ੍ਰਿਤ ਪੀਣਾ ਕਿ ਨਹੀਂ, ਕਿ ਜ਼ਹਿਰ ਹੀ ਖਾਣੀ ਸਾਰੀ ਉਮਰ, ਕਿ ਸਾਰੀ ਉਮਰ ਅਕੇਵਾਂ ਹੀ ਚੁੱਕਣਾ ਸਿਰ 'ਤੇ, ਦੁੱਖ ਹੀ ਚੁੱਕਣਾ, ਕਿ ਭਟਕਦੇ ਹੀ ਰਹਿਣਾ, ਕਿ ਤੂੰ ਖੋਜ ਕਰਨੀ ਹੈ। ਕਹਿੰਦੇ ਨੇ ਜੇ ਤੂੰ ਲੱਭਣਾ ਉਸ ਅੰਮ੍ਰਿਤ ਨੂੰ, ਤਾਂ ਪਹਿਲਾਂ ਤੈਨੂੰ ਇਹ ਪਤਾ ਹੋਣਾ ਚਾਹੀਦਾ ਇਸ ਅੰਮ੍ਰਿਤ ਨੂੰ ਕੌਣ ਖਾ ਰਿਹਾ, ਚੋਰੀ ਕੌਣ ਕਰੀ ਜਾ ਰਿਹਾ। ਅਤੇ ਸਤਿਗੁਰੂ ਨੇ ਕਿਹਾ ਵੀ ਇਹ ਜਿਹੜੇ ਪੰਜ ਨੇ ਨਾ ਤੇਰੇ ਅੰਦਰ ਵਿਕਾਰ, ਕੀ ਕਰਦੇ ਨੇ? ਕਹਿੰਦੇ ਅੰਮ੍ਰਿਤ ਲੂਟੈ, ਤੇਰੇ ਖਜ਼ਾਨੇ ਨੂੰ ਲੁੱਟ ਲੈਂਦੇ ਨੇ, ਅੰਦਰੋਂ ਨਾਲੋਂ ਨਾਲ ਖਾਈ ਜਾਂਦੇ ਨੇ। ਕੁਝ ਵਾਸ਼ਨਾ ਨਾਲ ਲੁੱਟਿਆ ਜਾਂਦਾ ਹੈ ਅੰਮ੍ਰਿਤ, ਕੁਝ ਵਿਚਾਰਾਂ ਅਸੀਂ ਜਦੋਂ ਕਰੀ ਜਾਂਦੇ ਹਾਂ, ਮਨ ਵਿੱਚ ਵਾਰ ਵਾਰ ਸੋਚੀ ਜਾਂਦੇ ਹਾਂ, ਵਿਚਾਰਾਂ ਉੱਠੀ ਜਾ ਰਹੀਆਂ ਨੇ, ਇੱਥੇ ਹੁਣ ਵੀ ਉੱਠੀ ਜਾ ਰਹੀਆਂ ਨੇ, ਵੇਖੋ, ਧਿਆਨ ਦਿਓ। ਇੱਕ ਗੱਲ ਚੇਤੇ ਰੱਖਣਾ, ਜਦੋਂ ਵਿਚਾਰਾਂ ਚੱਲਦੀਆਂ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੁਣ ਤੇਰਾ ਮਨ ਸੁੱਤਾ ਹੋਇਆ, ਜਾਗਿਆ ਕੋਈ ਨਹੀਂ। ਜੇ ਵਿਚਾਰਾਂ ਬੰਦ ਹੋ ਗਈਆਂ ਤਾਂ ਮਨ ਜਾਗ ਪਿਆ, ਵਿਚਾਰ ਇੱਕ ਤੇ ਗੱਲ ਮਨ ਟਿਕ ਗਿਆ, ਵਿਚਾਰ ਆਈ ਨਹੀਂ, ਹੁਣੇ ਜਾਣਾ, ਇੰਨਾ ਟਾਈਮ ਲੱਗਣਾ, ਸਵੇਰੇ ਉੱਥੇ ਜਾਣਾ, ਫਲਾਣਾ ਬੰਦਾ ਆਇਆ ਹੈ, ਕੌਣ ਹੈ, ਕਿੱਥੋਂ ਆਇਆ, ਇਹਨੂੰ ਵੀ ਵੇਖ ਲਈਏ, ਇਹ ਕੀ ਹੈ, ਮਨ ਸੌਂ ਗਿਆ, ਮਨ ਸ਼ਾਮਿਲ ਨਹੀਂ ਰਹੇਗਾ ਇੱਥੇ, ਗੁਰਬਾਣੀ ਵਿੱਚ ਨਹੀਂ ਰਹੇਗਾ। ਹਜ਼ੂਰ ਕਹਿੰਦੇ ਅੰਮ੍ਰਿਤ ਲੂਟੈ, ਮਨ ਮੁੱਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਪੁਕਾਰ ਕੌਣ ਸੁਣੇ? ਅਤੇ ਉਸ ਅੰਮ੍ਰਿਤ ਨੂੰ ਬਚਾ ਕੇ ਅੰਦਰੋਂ, ਜਿਹੜਾ ਸਾਡੇ ਵਿੱਚ ਬੜਾ ਮਹਿੰਗਾ ਬਣੀ ਜਾਂਦਾ ਨਾਲੋਂ ਨਾਲ, ਜਿਹੜਾ ਕੈਮਰੇ ਦੀ ਪਕੜ ਵਿੱਚ ਨਹੀਂ ਆਉਂਦਾ, ਤੁਸੀਂ ਐਕਸਰੇ ਕਰਾਓ ਅਤੇ ਉੱਥੇ ਨਹੀਂ ਦਿਸੇਗਾ ਵੀ ਅੰਮ੍ਰਿਤ ਕਿੱਥੇ ਬਣਦਾ ਪਿਆ। ਉਹ ਸਿਰਫ ਇੱਕ ਅਣਦਿਸਦੀ ਰਸਦਾਇਕ ਸਥਿਤੀ ਹੈ ਸਰੀਰ ਦੇ ਵਿੱਚ। ਮਹਾਰਾਜ ਉਹਨੂੰ ਫਿਰ ਕਿਵੇਂ ਪੀਵੀਏ, ਕਿਹੜਾ ਪਿਆਲਾ ਲਈਏ? ਅਤੇ ਸਤਿਗੁਰੂ ਨੇ ਕਿਹਾ ਗੁਰੂ ਕੇ ਸ਼ਬਦ ਦਾ ਪਿਆਲਾ, ਪਹਿਲਾਂ ਤਾਂ ਪੜ੍ਹ ਬਾਣੀ, ਬਾਣੀ ਨਾਲ ਤੇਰਾ ਪਿਆਲਾ ਥੋੜ੍ਹਾ ਜਿਹਾ ਸਿੱਧਾ ਹੋਵੇਗਾ ਪਹਿਲਾਂ।
ਜਦੋਂ ਪਹਿਲਾਂ ਤੇਰਾ ਮਨ ਸਿੱਧਾ ਹੋ ਜਾਏਗਾ ਫਿਰ ਤੂੰ ਅੰਮ੍ਰਿਤ ਪੀਣ ਦੇ ਯੋਗ ਹੋ ਜਾਏਗਾ, ਤੇਰਾ ਮੂੰਹ ਖੁੱਲ ਜਾਏਗਾ, ਇਹ ਰਸਨਾ ਤੇਰੀ ਜਿਉਂ ਜਿਉਂ ਜਪੇਗੀ ਉਸ ਨਾਮ ਨੂੰ ਤਿਉਂ ਤਿਉਂ ਤੇਰੇ ਅੰਦਰ ਉਹ ਜਿਹੜਾ ਅੰਮ੍ਰਿਤ ਹੈ ਨਾ ਉਹ ਸੋਮਾ ਬੰਦ ਪਿਆ ਹੋਇਆ ਹੈ, ਗੁਰੂ ਕੇ ਹੁਕਮ ਵਿੱਚ ਤੁਰੇਗਾ, ਗੁਰਬਾਣੀ ਦੇ ਅਨੁਸਾਰ ਜੀਵਨ ਬਿਤਾਏਗਾ ਅਤੇ ਫਿਰ ਗੁਰੂ ਕਾ ਸ਼ਬਦ ਜਪੇਗਾ, ਫਿਰ ਕੀ ਹੋਵੇਗਾ, ਅੰਦਰ ਤੇਰੇ ਅੰਮ੍ਰਿਤ ਦਾ ਘੱਟ ਜਿਹੜਾ ਹੈ ਅੰਮ੍ਰਿਤ ਦਾ ਖੂਹ ਖੁੱਲ੍ਹਣਾ ਹੋ ਜਾਏਗਾ। ਕਾਹਦੇ ਨਾਲ ਖੁੱਲ੍ਹੇਗਾ? ਉਹ ਖੁੱਲ੍ਹੇਗਾ ਨਾਮ ਨਾਲ। ਆਓ ਪਿਆਰ ਨਾਲ ਜੁੜੀਏ, ਸਾਰੇ ਕਰੋ ਇਕਾਗਰ ਚਿੱਤ, ਧਿਆਨ ਲਾ ਕੇ ਪਿਆਰ ਸਹਿਤ ਜਪੋ ਜੀ, ਵਾਹਿਗੁਰੂ 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 ਇਸ ਸ਼ਬਦ ਦੁਆਰਾ ਜੋ ਤੁਸੀਂ ਜਪ ਰਹੇ ਹੋ ਜੇ ਇਹਦੀ ਵਰਤੋਂ ਕੀਤੀ ਜਾਏ ਪੂਰੀ ਤਰ੍ਹਾਂ ਤਰੀਕੇ ਨਾਲ ਸਟੱਡੀ ਦੁਆਰਾ ਗੁਰੂ ਵਾਲੇ ਬਣ ਕੇ ਇਹਦੇ ਨਾਲ ਸਤਿਗੁਰੂ ਕਹਿੰਦੇ ਕਿ ਉਹ ਜਿਹੜਾ ਅੰਮ੍ਰਿਤ ਤੇਰਾ ਪੰਜ ਵਿਕਾਰ ਲੁੱਟ ਰਹੇ ਨੇ ਉਹ ਤੇਰੇ ਹੱਥ ਵਿੱਚ ਆਉਣਾ ਸ਼ੁਰੂ ਹੋ ਜਾਏਗਾ, ਕਿਉਂਕਿ ਜਦੋਂ ਨਾਮ ਦੀ ਆਵਾਜ਼ ਆਉਂਦੀ ਹੈ ਜਿਵੇਂ ਚੋਰ ਪੈਂਦੇ ਹੋਣ ਅਤੇ ਪਹਿਰੇਦਾਰ ਸੋਟੀ ਖੜਕਾਏ ਅਤੇ ਉਹ ਦੌੜ ਜਾਂਦੇ ਨੇ ਭੱਜ ਜਾਂਦੇ। ਗੁਰੂ ਕਾ ਸ਼ਬਦ ਜਦੋਂ ਸਿੱਖ ਦੇ ਸਰੀਰ ਵਿੱਚ ਗੂੰਜਦਾ ਹੈ ਜਦੋਂ ਉਹਨੂੰ ਜਪਦਾ ਹੈ ਸਾਡੇ ਵਿੱਚ ਜਿਹੜੀਆਂ ਉਹ ਬਿਰਤੀਆਂ ਜਿਹੜਾ ਸਾਡੇ ਜਿਹਨੂੰ ਕੌਵਾ ਬਿਰਤੀ ਕਹਿੰਦੇ ਨੇ, ਕਿਉਂਕਿ ਜਿਵੇਂ ਦੇ ਅਸੀਂ ਹਾਂ ਸਰੀਰ ਉਸੇ ਤਰ੍ਹਾਂ ਦੀ ਦਾਤ ਸਾਨੂੰ ਦੇ ਦਿੰਦਾ ਧਿਆਨ ਦੇਣਾ ਜਿਵੇਂ ਦੇ ਅਸੀਂ ਖੁਦ ਹਾਂ। ਇਹ ਨਹੀਂ ਵੀ ਅਸੀਂ ਮੰਗਣਾ ਕੀ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਪਹਿਲਾਂ ਵੇਖ ਵੀ ਤੂੰ ਬਣਿਆ ਕੀ ਹੈ। ਦੋ ਗੱਲਾਂ ਨੇ, ਅਸੀਂ ਕਹਿੰਦੇ ਹਾਂ ਵੀ ਆਹ ਦਿਓ, ਪਰ ਗੁਰੂ ਕੀ ਬਾਣੀ ਕਹਿ ਰਹੇ ਵੀ ਜੋ ਕੁਝ ਤੂੰ ਮੰਗ ਰਿਹਾ ਉਹਦੇ ਵਾਸਤੇ ਪਾਤਰ ਹੈ ਕਿ ਨਹੀਂ, ਤੂੰ ਗ੍ਰਾਹਕ ਬਣਿਆ ਕਿ ਨਹੀਂ। ਅਜੇ ਗੱਲ ਇਹਦੇ 'ਤੇ ਖੜੀ ਹੈ, ਸਤਿਗੁਰੂ ਤਾਂ ਕਹਿੰਦੇ ਤੂੰ ਗ੍ਰਾਹਕ ਬਣ, ਤੇਰੇ ਮੰਗਣ ਤੋਂ ਬਿਨਾਂ ਮੈਂ ਤੈਨੂੰ ਦੇ ਦੇਣਾ। ਸੱਚਾਈ ਤਾਂ ਇਹ ਹੈ, ਕੁਦਰਤ ਇਸ ਤਰ੍ਹਾਂ ਦੀ ਵਿਵਸਥਾ ਰੱਖਦੀ ਹੈ, ਇਸ ਬ੍ਰਹਿਮੰਡ ਵਿੱਚ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਕਿ ਬੰਦਾ ਜਿਵੇਂ ਦਾ ਬਣਦਾ ਉਵੇਂ ਦੀ ਦਾਤ ਕੁਦਰਤ ਤਿਆਰ ਹੈ ਉਹਨੂੰ ਦੇਣ ਵਾਸਤੇ। ਤੁਸੀਂ ਪੜ੍ਹਦੇ ਹੋ ਨਾ ਬਾਣੀ ਵਿੱਚ, ਜੋ ਮੰਗੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੈ। ਅਸੀਂ ਕੀ ਚਾਹੁੰਦੇ ਹਾਂ ਸਾਨੂੰ ਉਹ ਹੀ ਮਿਲੇਗਾ। ਔਰ ਮੈਂ ਵੀ ਬੇਨਤੀ ਕਰਦੇ ਹਾਂ ਜੋ ਅਸੀਂ ਨਹੀਂ ਚਾਹੁੰਦੇ ਉਹ ਸਾਨੂੰ ਭਾਵੇਂ ਮੰਗੀ ਵੀ ਜਾਈਏ ਅਤੇ ਗੁਰੂ ਦੇ ਵੀ ਦੇ ਆਇਆ ਹੋਇਆ ਵੀ ਚਲਾ ਜਾਏਗਾ। ਇਹ ਬੜੀ ਵੱਡੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਿਰਿਆ, ਉਹਨੂੰ ਕਹਿੰਦੇ ਭਾਗ ਸ਼ੈਲੀ। ਧਿਆਨ ਦੇਣਾ ਥੋੜ੍ਹੇ ਜਿਹੇ ਮਿੰਟ ਦੇ ਉੱਤੇ ਬੇਨਤੀ ਕਰਦੇ, ਪਹਿਲਾਂ ਉਹਨੂੰ ਸੁਧਾਰਨਾ ਹੋਵੇਗਾ। ਭਾਗ ਸ਼ੈਲੀ, ਭਾਗ ਸ਼ਬਦ ਬੜੀ ਵਾਰੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਕਹਿੰਦੇ ਵੀ ਉਹ ਭਾਂਡਾ ਵੀ ਹੈ ਕਿ ਨਹੀਂ। ਨਹੀਂ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇੱਕ ਬੰਦਾ ਹੱਥ ਕੱਢ ਉਹਦੇ ਕੋਲ ਸਤਿਗੁਰੂ ਨੇ ਚਾਹਿਆ ਉਹਨੂੰ ਅੰਮ੍ਰਿਤ ਦੇ ਦਿਆਂ, ਉਹਨੂੰ ਕਹਿੰਦੇ ਵੀ ਬੁੱਕ ਕਰ। ਜਦੋਂ ਕਿਹਾ ਨਾ ਬੁੱਕ ਕਰ, ਕੱਲ੍ਹ ਵੀ ਆਪਾਂ ਇਹਦੇ ਉੱਤੇ ਵਿਚਾਰ ਕੀਤੀ ਸੀ ਵੀ ਅੰਦਰ ਸਾਡੇ ਇੱਕ ਹਿੰਦੂ ਮਤ ਨੇ ਉਹਨੂੰ ਕਲਯੁੱਗ ਕਿਹਾ, ਈਸਾਈਅਤ ਨੇ ਉਹਨੂੰ ਸ਼ੈਤਾਨ ਕਿਹਾ, ਅਤੇ ਗੁਰੂ ਗ੍ਰੰਥ ਸਾਹਿਬ ਉਹਨੂੰ ਕਹਿੰਦੇ ਨੇ ਸੰਦੇਹ ਸ਼ੱਕ। ਜਦੋਂ ਸਤਿਗੁਰੂ ਨੇ ਕਿਹਾ ਨਾ ਵੀ ਹੱਥ ਕਰ ਮੈਂ ਤੈਨੂੰ ਅੰਮ੍ਰਿਤ ਪਿਆ ਦਿਆਂ, ਉਹਨੇ ਕਹਿ ਕੁਆਏ ਅਤੇ ਮੂੰਹ ਮੁਲਾਜੇ ਵੱਲੋਂ ਜਿਹਨੂੰ ਕਹਿੰਦੇ ਵੀ ਹੁਣ ਜਵਾਬ ਕੀ ਦੇਣਾ, ਚਲੋ ਹੱਥ ਕਰ ਹੀ ਲੈਂਦੇ ਹਾਂ। ਇਸ ਤਰ੍ਹਾਂ ਬੁੱਕ ਕੀਤੀ, ਜਦੋਂ ਪਾਣੀ ਪੀਣਾ ਹੋਵੇ ਬੁੱਕ ਕੀਤੀ, ਕਹਿੰਦੇ ਗੁਰੂ ਦਿੱਤਾ ਬੁੱਕ ਵਿੱਚ, ਉਹਨੇ ਮੂੰਹ ਨੂੰ ਵੀ ਲਾਇਆ ਹੋਇਆ ਬੁੱਕ ਇਸ ਤਰ੍ਹਾਂ ਕਰਕੇ। ਪਰ ਕਹਿੰਦੇ ਜਦੋਂ ਉੱਤੋਂ ਅੰਮ੍ਰਿਤ ਪੈ ਰਿਹਾ ਨਾ, ਪੀਣਾ ਨਹੀਂ ਸੀ ਚਾਹੁੰਦਾ, ਉਹਨੇ ਥੋੜ੍ਹੇ ਜਿਹੇ ਹੱਥ ਢਿੱਲੇ ਛੱਡ ਦਿੱਤੇ, ਗੁਰੂ ਉੱਤੋਂ ਪਾਈ ਜਾਂਦਾ ਅਤੇ ਥੱਲਿਓ ਵਗੀ ਜਾਂਦਾ, ਮੂੰਹ ਵਿੱਚ ਜਾਂਦਾ ਹੀ ਨਹੀਂ, ਅੰਦਰ ਤਿਆਰ ਨਹੀਂ ਹੋਇਆ। ਖਿਆਲ ਰੱਖੋ, ਕਰਮ ਹੈ ਅੰਮ੍ਰਿਤ ਆਨ ਨਿਸਾਰਿਓ, ਬਾਣੀ ਦੀ ਤੁਕ ਹੈ, ਕਰ ਦੇ ਅਰਥ ਨੇ ਹੱਥ, ਅੰਮ੍ਰਿਤ ਆਨ ਨਿਸਾਰਿਓ, ਪਾਇਆ ਗੁਰੂ ਨੇ ਸਾਡੇ ਹੱਥਾਂ ਵਿੱਚ ਅੰਮ੍ਰਿਤ। ਇਹਦੂ ਵੱਡ ਅੰਮ੍ਰਿਤ ਹੋਰ ਕਿਹੜਾ ਹੋਵੇਗਾ ਕਿ ਸਿੱਖ ਨੂੰ ਬਾਣੀ ਪੜ੍ਹਨ ਵਾਸਤੇ ਮਿਲ ਗਈ ਹੈ, ਅਜੇ ਨਹੀਂ ਇਹਦਾ ਪਤਾ ਲੱਗਾ
ਇਹ ਜਪਜੀ ਸਾਹਿਬ ਕੀ ਹੈ। ਜਿੱਦਣ ਜਪਜੀ ਸਾਹਿਬ ਸਾਡੀਆਂ ਆਂਦਰਾਂ ਵਿੱਚ ਧੱਸ ਗਿਆ ਉੱਦਣ ਦੱਸੇਗਾ ਜਪਜੀ ਸਾਹਿਬ ਕੀ ਹੈ। ਅਜੇ ਤਾਂ ਅੱਖਰ ਹੀ ਨੇ, ਅਜੇ ਤਾਂ ਭਾਸ਼ਾ ਹੈ, ਅਜੇ ਨਹੀਂ ਪਤਾ ਲੱਗਾ। ਜਪਜੀ ਸਾਹਿਬ ਦਾ ਉੱਦਣ ਪਤਾ ਲੱਗੇਗਾ ਇਹ ਕੀ ਚੀਜ਼ ਹੈ, ਇਹਦੀ ਤਸੀਰ ਕੀ ਹੈ। ਉਸ ਦਿਨ ਆਦਮੀ ਉੱਠ ਉੱਠ ਕੇ ਦੂਜਿਆਂ ਨੂੰ ਵੀ ਕਹੇਗਾ ਵੀ ਕਿਉਂ ਜ਼ਿੰਦਗੀ ਗਵਾ ਰਹੇ, ਤੁਹਾਡੇ ਕੰਢੇ ਦੇ ਉੱਤੇ ਖਜ਼ਾਨਾ ਪਿਆ ਹੋਇਆ ਹੈ, ਕਿਉਂ ਯਤੀਮ ਹੋ, ਕਿਉਂ ਕੰਗਾਲ, ਕਿਉਂ ਗਰੀਬ, ਏਡਾ ਵੱਡਾ ਤੋਹਫ਼ਾ, ਏਡੀ ਵੱਡੀ ਗਿਫਟ। ਉਹ ਚੀਜ਼ ਗੁਰੂ ਸਾਹਿਬ ਨੇ ਇੱਥੇ ਉਤਾਰ ਲਈ ਜਿਹੜੀ ਉੱਤਰ ਨਹੀਂ ਸੀ ਸਕਦੀ ਧਿਆਨ ਦੇਣਾ, ਕਿਉਂਕਿ ਜਿੰਨਾ ਚਿਰ ਪਲੇਟਫਾਰਮ ਨਹੀਂ ਹੁੰਦਾ, ਜਿੰਨਾ ਚਿਰ ਪੋਰਟ ਨਹੀਂ ਹੁੰਦਾ, ਉਨਾ ਚਿਰ ਜਹਾਜ਼ ਨਹੀਂ ਉਤਾਰੇ ਜਾ ਸਕਦੇ। ਜਿਹੜਾ ਰੱਬ ਦਾ ਗਿਆਨ ਸੀ ਨਾ, ਜਿਹੜੀ ਰੱਬ ਦੀ ਬਖਸ਼ਿਸ਼, ਸਾਧ ਸੰਗਤ ਜੀ ਉਹ ਜਿਹੜਾ ਭਗਤੀ ਕਰਦਾ ਉਹਦੇ 'ਤੇ ਜੀਵਨ ਵਿੱਚ ਉਹ ਪੋਰਟ ਬਣ ਜਾਂਦਾ, ਉਹ ਪਟੜੀ ਬਣ ਜਾਂਦੀ ਜਿਹਦੇ ਉੱਤੇ ਬਖਸ਼ਿਸ਼ ਉਤਰ ਜਾਂਦੀ, ਲੈਂਡਿੰਗ ਕਰ ਜਾਂਦੀ ਬਖਸ਼ਿਸ਼ ਜਿਹੜੀ, ਉਹਦੇ 'ਤੇ ਬਣ ਗਈ, ਉਹ ਤਰ ਗਿਆ, ਉਹ ਚਲਾ ਗਿਆ। ਪਰ ਗੁਰੂ ਸਾਹਿਬ ਦੇ ਅੰਦਰ ਇੱਕ ਹੋਰ ਭਾਵਨਾ ਸੀ, ਉਹਨੂੰ ਕਹਿੰਦੇ ਸਨ, ਕੁਝ ਭਗਤ ਹੁੰਦੇ ਉਹ ਕਹਿੰਦੇ ਆਪਣਾ ਸਰ ਗਿਆ ਛੱਡੋ ਦੁਨੀਆਂ ਨੂੰ ਕੌਣ ਕਹੇ ਸੁਧਾਰੇ। ਇੱਕ ਉਹ ਬਿਰਤੀ ਵਾਲੇ ਵੀ ਭਗਤ ਹਨ, ਪਰ ਜਿਹੜੇ ਭਗਤ ਸਤਿਗੁਰੂ ਨੇ ਪੈਦਾ ਕੀਤੇ ਉਹ ਕਹਿੰਦੇ ਵੀ ਤੂੰ ਆਪਣੇ ਘਰ ਵਿੱਚ ਤਾਂ ਧੂਪਾਂ ਲਾਈ ਜਾਂਦਾ, ਤੇਰੀ ਗਲੀ ਵਿੱਚ ਕੂੜਾ ਖਿਲ ਰਿਹਾ ਹੋਇਆ, ਦੱਸ ਤੂੰ ਇਕੱਲਾ ਹੀ ਭਗਤ ਬਣਨਾ, ਇਹ ਕਾਹਦੀ ਭਗਤੀ ਹੋਈ, ਇਹ ਕਾਹਦਾ ਧਰਮ ਹੈ ਅਤੇ ਤੂੰ ਸਵਾਰਥੀ ਹੈ। ਗੁਰੂ ਸਾਹਿਬ ਦਾ ਮਿਸ਼ਨ ਹੈ ਵੀ ਜੋ ਤੇਰੇ ਕੋਲ ਹੈ ਉਹ ਇਕੱਲਾ ਤੇਰਾ ਨਹੀਂ, ਉਹ ਸਾਰੀ ਦੁਨੀਆਂ ਦਾ, ਤੂੰ ਉਹਨਾਂ ਨੂੰ ਵੀ ਦੇਣਾ। ਇਸ ਕਰਕੇ ਇੱਕ ਸ਼ਬਦ ਆਇਆ ਗੁਰਬਾਣੀ ਦੇ ਵਿੱਚ, ਉਹਨੂੰ ਦਾਨ ਸ਼ਬਦ ਕਹਿੰਦੇ। ਦਾਨ, ਦਾਨ ਦਾ ਮਤਲਬ ਅਸੀਂ ਕਹਿੰਦੇ ਅਸੀਂ ਦਾਨ ਕਰਨਾ, ਗਲਤ ਹੈ ਬਿਲਕੁਲ। ਸੱਚਾਈ ਇਹ ਹੈ, ਦਾਨ ਸ਼ਬਦ ਦੇ ਅਰਥ ਨੇ ਤੈਨੂੰ ਜਿੱਥੋਂ ਪਿੱਛੋਂ ਆਇਆ ਉਹ ਵੀ ਦਾਨ ਦੁਆਰਾ ਹੀ ਆਇਆ, ਤੂੰ ਵੀ ਆਪਣੀ ਮਿਹਨਤ ਨਾਲ ਕੋਈ ਨਹੀਂ ਲਿਆ, ਅੱਗੇ ਵੀ ਤੂੰ ਦਾਨ ਹੀ ਕਰਨਾ, ਦੇਈ ਜਾਣਾ, ਪਿੱਛੋਂ ਦਾਨ ਆਇਆ ਅੱਗੋਂ ਦੇ ਜਾ, ਤੂੰ ਕਾਹਦਾ ਵਿੱਚ ਮਾਲਕ ਬਣ ਕੇ ਬਹਿ ਗਿਆ। ਜੋ ਤੈਨੂੰ ਮਿਲਿਆ ਉਹ ਇਕੱਲੇ ਤੇਰੇ ਦਾ ਨਹੀਂ, ਪਰ ਤੁਸੀਂ ਆਮ ਤੌਰ 'ਤੇ ਵੇਖੋਗੇ ਮਨੁੱਖ ਦੀ ਬਿਰਤੀ, ਕਿਉਂਕਿ ਸੰਸਾਰਿਕ ਬਿਰਤੀ ਹੁੰਦਿਆਂ ਬੰਦਾ ਜਦੋਂ ਧਰਮ ਕਮਾਉਂਦਾ, ਜਦੋਂ ਧਰਮ ਦੇ ਵਿੱਚ ਇੰਟਰੀ ਕਰਦਾ, ਬਿਰਤੀ ਉਹੀ ਰਹਿੰਦੀ ਹੈ, ਉਹਨਾਂ ਚੀਜ਼ਾਂ ਨੂੰ ਦੱਬਣ ਲੱਗ ਪੈਂਦਾ, ਦੱਬ ਕੇ ਰੱਖਦਾ। ਪੁਰਾਣੇ ਲੋਕਾਂ ਨੇ ਦੱਬ ਕੇ ਰੱਖਿਆ ਗਿਆਨ, ਸਾਰਾ ਗਿਆਨ ਗੁਰੂ ਸਾਹਿਬ ਨੇ ਖੋਲ੍ਹਿਆ, ਥੋੜ੍ਹਾ ਖੋਲ੍ਹ ਦਿੱਤਾ, ਗੁਰਬਾਣੀ ਦੇ ਵਿੱਚ ਸਰਲ ਕਰ ਦਿੱਤਾ ਗਿਆ। ਪਰ ਸਾਡੀ ਇਹ ਬਦਕਿਸਮਤੀ ਹੈ, ਮੰਦਰਾਂ ਦੇ ਵਿੱਚ ਵੇਦ ਪੜ੍ਹੇ ਜਾਂਦੇ ਨੇ, ਵੈਸੇ ਤਾਂ ਪੜ੍ਹਦੇ ਘੱਟ ਨੇ, ਉਹਨੂੰ ਪਤਾ ਸਮਝ ਨਹੀਂ ਆਉਂਦੀ ਸੰਸਕ੍ਰਿਤ ਹੈ, ਕਿਹਨੂੰ ਸਮਝ ਆਵੇ, ਬੜਾ ਘੱਟ ਪੜ੍ਹਦੇ ਨੇ। ਅਤੇ ਜੇ ਉਹ ਪੰਡਿਤ ਜੀ ਪੜ੍ਹਦੇ ਵੀ ਨੇ ਤਾਂ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਸਮਝ ਆ ਜਾਏ, ਉਹਨਾਂ ਵਾਸਤੇ ਤਾਂ ਰੁਕਾਵਟ ਬਣ ਗਈ ਵੀ ਸਮਝ ਆਉਂਦੀ ਨਹੀਂ। ਸਾਡੇ ਵਾਸਤੇ ਰੁਕਾਵਟ ਗੁਰੂ ਸਾਹਿਬ ਨੇ ਖੋਲ੍ਹ ਦਿੱਤੀ, ਉਹਨਾਂ ਨੇ ਕਿਹਾ ਵੀ ਜਿਹੜੀ ਬੋਲੀ ਤੂੰ ਖੁਦ ਬੋਲਣਾ, ਮੈਂ ਤੈਨੂੰ ਤੇਰੇ ਨਾਲ ਉਸ ਬੋਲੀ ਵਿੱਚ ਗੱਲ ਕਰਾਂਗਾ। ਉਹ ਬਿਲਕੁਲ ਉਹ ਬੋਲੀ, ਗੁਰੂ ਕਹਿੰਦੇ ਵੀ ਉਹਨੂੰ ਨੇ, ਗੁਰੂ ਨੂੰ ਬਾਣੀ ਦੇ ਵਿੱਚ ਮਾਂ ਨਾਲ ਤੁਲਨਾ ਦਿੱਤੀ ਹੈ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ। ਮਾਂ ਕੀ ਕਰਦੀ ਹੈ, ਮਾਂ ਨੂੰ ਠੀਕ ਬੋਲਣਾ ਆਉਂਦਾ ਹੈ, ਪਰ ਬੱਚੇ ਨੂੰ ਬੋਲਣਾ ਕਿਵੇਂ ਸਿਖਾਉਂਦੀ ਹੈ, ਆਪਣੇ ਤਲ ਤੋਂ ਥੱਲੇ ਉਤਰ ਕੇ ਤੋਤਲਾ ਬੋਲਦੀ ਹੈ ਬੱਚੇ ਵਾਂਗ। ਤੁਸੀਂ ਕਦੀ ਕਿਸੇ ਮਾਂ ਨੂੰ ਗੋਦ ਵਿੱਚ ਪਏ ਹੋਏ ਬੱਚੇ ਨਾਲ ਗੱਲ ਕਰਦਿਆਂ ਵੇਖਣਾ, ਉਹਨੂੰ ਗੱਲਾਂ ਪੂਰੀਆਂ ਆਉਂਦੀਆਂ ਨੇ, ਪਰ ਜਦੋਂ ਬੱਚੇ ਨਾਲ ਗੱਲ ਕਰਦੀ ਉਹ ਆਪਣੀ ਭਾਸ਼ਾ ਵਿੱਚ ਨਹੀਂ ਕਰੇਗੀ, ਉਹ ਬੱਚਿਆਂ ਵਾਲੀ ਭਾਸ਼ਾ ਵਿੱਚ ਕਰੇਗੀ। ਔਰ ਇਹ ਵੀ ਸ਼ਾਇਦ ਸੱਚ ਹੋਵੇ ਕਿ ਜੇ ਇੱਕ ਮਾਂ ਇੱਕ ਬੱਚੇ ਦੇ ਨਾਲ ਤੋਤਲੀ ਭਾਸ਼ਾ ਵਿੱਚ ਗੱਲ ਨਾ ਕਰੇ ਤਾਂ ਬੱਚਾ ਸਾਰੀ ਉਮਰ ਬੋਲਣਾ ਸਿੱਖ ਹੀ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜੋ ਕੁਝ ਲਿਖਿਆ ਗਿਆ, ਗੁਰੂ ਨਾਨਕ ਨੇ ਸਾਡੇ ਨਾਲ ਤੋਤਲੀ ਆਵਾਜ਼ ਵਿੱਚ, ਤੋਤਲੀ ਭਾਸ਼ਾ ਵਿੱਚ ਗੱਲ ਕੀਤੀ ਹੈ, ਸਾਡੀ ਭਾਸ਼ਾ ਵਿੱਚ ਗੱਲ ਕੀਤੀ ਵੀ ਇਹਨਾਂ ਨੂੰ ਬੋਲਣਾ ਆ ਜਾਏ, ਪਰ ਅਸੀਂ ਕਹਿੰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਬੋਲੀ ਜਾਓ, ਅਸੀਂ ਕੋਈ ਨਹੀਂ ਜੇ ਬੋਲਣਾ ਤੁਹਾਡੇ ਨਾਲ, ਉਸ ਤਰ੍ਹਾਂ ਹੀ ਰਹਿ ਗਿਆ, ਅਸੀਂ ਨਹੀਂ ਬੋਲਣਾ, ਅਸੀਂ ਬਾਣੀ ਨਹੀਂ ਪੜ੍ਹਨੀ, ਅਸੀਂ ਬਾਣੀ ਨਹੀਂ ਪੜ੍ਹਨੀ, ਪਾਠ ਕਰਾ ਦਿਆਂਗੇ, ਪੈਸੇ ਦੇ ਦਿਆਂਗੇ, ਦੱਸੋ ਕਿੰਨੇ ਚਾਹੀਦੇ ਨੇ, ਅਸੀਂ ਆਪ ਨਹੀਂ ਪੜ੍ਹਨੀ। ਬੱਚੇ ਨੇ ਮਾਂ ਨੂੰ ਜਵਾਬ ਦੇ ਦਿੱਤਾ, ਕਹਿਣ ਲੱਗਾ ਮੈਂ ਤੇਰੇ ਨਾਲ ਨਹੀਂ ਬੋਲਣਾ, ਤੂੰ ਭਾਵੇਂ ਕਿੰਨਾ ਤੋਤਲਾ ਬੋਲੀ ਜਾ, ਤੈਨੂੰ ਮੱਥਾ ਟੇਕ ਦਿਆਂਗਾ, ਤੈਨੂੰ ਪੈਸੇ ਚੜ੍ਹਾ ਦਿਆਂਗਾ, ਤੈਨੂੰ ਲੰਗਰ ਲਾ ਦਿਆਂਗਾ, ਤੇਰੇ ਮੇਲਿਆਂ 'ਤੇ ਆ ਜਾਵਾਂਗਾ, ਤੇਰੇ ਥਾਵਾਂ 'ਤੇ ਮੱਥੇ ਟੇਕ ਦਿਆਂਗਾ, ਪ੍ਰਸ਼ਾਦ ਕਰਾ ਦਿਆਂਗਾ, ਪਰ ਮੈਂ ਤੇਰੇ ਨਾਲ ਬੋਲਣਾ ਨਹੀਂ। ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ, ਜਿਹੜਾ ਬੱਚਾ ਆਪਣੀ ਮਾਂ ਨਾਲ
ਆਪਣੇ ਪਿਤਾ ਨਾਲ ਬੋਲ ਕੇ ਰਾਜ਼ੀ ਨਹੀਂ, ਭਾਵੇਂ ਉਹਨੂੰ ਸੋਨੇ ਦੇ ਮਕਾਨ ਵਿੱਚ ਬਿਠਾ ਦੇ। ਇੱਕ ਬੱਚਾ ਕਹੇ ਮੈਂ ਆਪਣੇ ਬਾਪੂ ਨੂੰ ਜਿਹੜਾ ਕੋਠਾ ਬਣਾ ਕੇ ਦਿੱਤਾ, ਸੋਨੇ ਦੀਆਂ ਬਾਰੀਆਂ ਲਾਈਆਂ ਨੇ, ਵਿੱਚ ਹੀਰੇ ਜੜੇ ਹੋਏ ਨੇ, ਸੋਨੇ ਦੀ ਥਾਲੀ ਵਿੱਚ ਰੋਟੀ ਖਵਾਉਣਾ, ਬਸ ਉਹਦੀ ਜੁੱਤੀ ਵੀ ਸੋਨੇ ਦੀ, ਉਹਦੇ ਉੱਤੇ ਛਤਰ ਵੀ ਫਿਰਦਾ, ਦੋ ਟਾਈਮ ਉਹਨੂੰ ਮੱਥਾ ਵੀ ਟੇਕ ਕੇ ਆਉਂਦਾ। ਅਤੇ ਕਿਸੇ ਨੇ ਜਾ ਕੇ ਉਹਨੂੰ ਪੁੱਛਿਆ ਵੀ ਤੇਰੀ ਤਾਂ ਬੜੀ ਸੇਵਾ ਹੁੰਦੀ, ਉਹ ਕਹਿੰਦਾ ਸੇਵਾ ਤਾਂ ਬੜੀ ਹੁੰਦੀ ਹੈ, ਸੋਨੇ ਦੇ ਪਿੰਜਰੇ ਵਿੱਚ ਪਾਇਆ ਹੋਇਆ ਤੋਤਾ ਕਾਹਦੇ ਵਾਸਤੇ, ਕਹਿੰਦੇ ਹੋਰ ਸਾਰਾ ਕੁਝ ਬੜਾ ਪਰ ਬੋਲਦੇ ਕੋਈ ਨਹੀਂ ਮੇਰੇ ਨਾਲ, ਇਸ ਕਰਕੇ ਕੱਖ ਵੀ ਨਹੀਂ ਜੋ ਕੁਝ ਮੈਨੂੰ ਦੇ ਰਹੇ ਨੇ, ਇਹ ਕੱਖ ਵੀ ਨਹੀਂ, ਮਿੱਟੀ ਤੋਂ ਵੀ ਭੈੜਾ। ਜੇ ਕਿਸੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਗੱਲ ਕਰਨ ਦੀ ਜਾਚ ਆ ਜਾਏਗੀ ਤਾਂ ਗੁਰੂ ਗ੍ਰੰਥ ਸਾਹਿਬ ਵੀ ਇਹ ਗੱਲ ਦੱਸਣਗੇ, ਕਹਿਣ ਲੱਗੇ ਭਾਈ ਸਿੱਖ ਮੇਰੇ 'ਤੇ ਛਤਰ 'ਤੇ ਬੜੇ ਚੜ੍ਹਾਉਂਦੇ ਨੇ ਪਏ, ਰੁਮਾਲੇ 'ਤੇ ਬੜੇ ਚੜ੍ਹਾ ਰਹੇ ਨੇ, ਲੰਗਰ 'ਤੇ ਬੜੇ ਲਾ ਰਹੇ ਨੇ, ਮੇਰੇ ਗੁਰਪੁਰਬ 'ਤੇ ਬੜੇ ਮਨਾਉਂਦੇ, ਜੇ ਮੇਰੇ ਨਾਲ ਬੋਲਦੇ ਕੋਈ ਨਹੀਂ, ਜੇ ਆ ਕੇ ਗੱਲ ਨਹੀਂ ਕਰਦੇ। ਬੋਲਣਾ ਕੀ ਹੈ? ਬੋਲਣਾ ਇਹ ਹੈ ਵੀ ਸਵੇਰੇ ਉੱਠ ਕੇ ਸਿੱਖ ਬਵੇ ਗੁਟਕਾ ਸਾਹਿਬ ਫੜ ਕੇ ਅਤੇ ਗੁਰੂ ਨਾਨਕ ਦੇਵ ਜੀ ਨੂੰ ਕਹੇ ਮਹਾਰਾਜ ਅੱਜ ਮੈਂ ਤੁਹਾਡੇ ਨਾਲ ਬੋਲਣਾ ਹੈ, ਮੇਰੇ ਨਾਲ ਗੱਲ ਕਰੋ, ਮੈਂ ਜਪਜੀ ਸਾਹਿਬ ਪੜ੍ਹਨ ਲੱਗਾ, ਮੇਰੇ ਨਾਲ ਗੱਲ ਕਰੋ। ਅਤੇ ਸਤਿਗੁਰੂ ਪਿਆਰ ਦੇ ਨਾਲ ਸਮਝਾਉਣਗੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇੰਨਾ ਸਿਆਣਾ ਗੁਰੂ ਤਾਂ ਚਲੋ ਜਿੱਥੇ ਕਿਸੇ ਦਾ ਮਨ ਜੁੜਿਆ ਚੰਗਾ ਲੱਗਦਾ, ਕੋਈ ਫਰਕ ਨਹੀਂ, ਪਰ ਸਾਧ ਸੰਗਤ ਜੀ ਜਿਸ ਗੁਰੂ ਨੂੰ ਨੇੜਿਓਂ ਹੋ ਕੇ ਵੇਖਿਆ ਹੋਵੇ ਆਪਣੇ ਆਪ ਉਹਦੇ ਨਾਲ ਅੰਦਰੋਂ ਪਿਆਰ ਵਧੇਗਾ। ਵੇਖੋ ਇੱਕੋ ਹੀ ਤੋਕੇ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ, ਦੋ ਅੱਖਰ ਕਹਿ ਦਿੱਤੇ ਵਡਿਆਈ ਵਿਚਾਰ। ਆਮ ਤੌਰ 'ਤੇ ਜਿੰਨੇ ਤੁਸੀਂ ਵਖਿਆਣ ਸੁਣੋਗੇ ਕਈਆਂ ਦੇ ਵਿੱਚ ਇਕੱਲੀ ਵਡਿਆਈ ਦੀ ਗੱਲ ਹੋਵੇਗੀ, ਕਈਆਂ ਵਿੱਚ ਇਕੱਲੀ ਵਿਚਾਰ ਦੀ ਗੱਲ ਹੋਵੇਗੀ। ਸਤਿਗੁਰੂ ਨੇ ਕਿਹਾ ਨਹੀਂ, ਇਕੱਲੀ ਤਾਂ ਵਡਿਆਈ ਨਾਲ ਵੀ ਨਹੀਂ ਸਰਨਾ, ਇਕੱਲੀ ਵਿਚਾਰ ਨਾਲ ਵੀ ਨਹੀਂ ਸਰਨਾ। ਜਿਹੜੇ ਇਕੱਲੀ ਵਿਚਾਰ ਕਰਦੇ ਰਹੇ, ਸੋਚ ਵਿਚਾਰ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਬੰਦੇ ਦੇ ਦਿਮਾਗ ਨੂੰ ਖੁਸ਼ਕ ਕਰ ਦਿੰਦੀ ਹੈ, ਤਰਕ ਵਿੱਚ ਲੈ ਜਾਂਦੀ ਹੈ, ਦਿਮਾਗ ਖੁਸ਼ਕ ਜਿਹਾ ਹੋ ਜਾਂਦਾ, ਹੌਲਾ ਜਿਹਾ ਹੋ ਜਾਂਦਾ ਜੇ ਇਕੱਲੀ ਵਿਚਾਰ। ਉਹਦੇ ਨਾਲ ਕਹਿੰਦੇ ਵਡਿਆਈ ਵੀ ਕਰ ਵਾਹਿਗੁਰੂ ਦੀ, ਜਿੱਥੇ ਤੂੰ ਵਿਚਾਰ ਕਰਨਾ ਉੱਥੇ ਵਡਿਆਈ ਵੀ ਕਰ, ਪਰ ਇੱਕ ਖਿਆਲ ਹੋਰ ਰੱਖੀ, ਜੇ ਤੇਰੇ ਕੋਲ ਇਕੱਲੀ ਵਡਿਆਈ ਹੈ ਅਤੇ ਵਿਚਾਰ ਕੋਈ ਨਹੀਂ ਕਰਦਾ, ਫਿਰ ਵੀ ਤੇਰੇ ਕੋਲ ਅਧੂਰਾਪਣ ਰਹਿ ਗਿਆ। ਮਿਕਸ ਕਰ ਦੋਵਾਂ ਨੂੰ, ਥੋੜ੍ਹਾ ਜਿਹਾ ਤੇਰੇ ਕੋਲ ਗਿਆਨ ਵੀ ਹੋਣਾ ਚਾਹੀਦਾ, ਮਨ ਸਮਝਾਵਣ ਕਾਰਨ ਹੈ ਕਸ਼ਵਕ ਪੜ੍ਹੀ ਹੈ ਗਿਆਨ। ਵਡਿਆਈ ਵੀ ਕਰਿਆ ਕਰ, ਵਿਚਾਰ ਵੀ ਕਰਿਆ ਕਰ, ਵਿਚਾਰ ਕਰਿਆ ਕਰ ਆਪਣੇ ਆਪ ਦੀ ਵੀ ਤੂੰ ਕਿੱਥੇ ਖੜਾ ਹੈ, ਕਿੰਨਾ ਕੁ ਵਿਕਾਸ ਹੋਇਆ ਤੇਰੀ ਜ਼ਿੰਦਗੀ ਵਿੱਚ। ਵਡਿਆਈ ਕਿਹਦੀ ਕਰਿਆ ਕਰ? ਵਡਿਆਈ ਰੱਬ ਦੀ ਕਰਿਆ ਕਰ ਕਿ ਤੂੰ ਬਹੁਤ ਵੱਡਾ ਹੈ, ਤੂੰ ਬੜਾ ਬੇਅੰਤ ਹੈ। ਜੇ ਵਡਿਆਈ ਦੀ ਤਸਵੀਰ ਵੇਖਣੀ ਹੋਵੇ ਤਾਂ ਕਲਗੀਆਂ ਵਾਲੇ ਪਾਤਸ਼ਾਹ ਦਾ ਜਾਪ ਸਾਹਿਬ ਪੜ੍ਹਨਾ ਧਿਆਨ। ਜੇ ਵਡਿਆਈ ਦੀ ਤਸਵੀਰ ਵੇਖਣੀ ਹੋਵੇ ਤਾਂ ਸਤਿਗੁਰੂ ਆਪਣੇ ਰੱਬ ਦੇ ਸਾਹਮਣੇ ਖਲੋ ਕੇ ਕਹਿੰਦੇ ਗਰੀਬੁਲ ਪਰਸਤੈ, ਤੂੰ ਗਰੀਬਾਂ ਦਾ ਪੱਖ ਕਰਨ ਵਾਲਾ ਹੈ, ਤੂੰ ਮਾੜਿਆਂ ਦੀ ਸਹਾਇਤਾ ਕਰਨ ਵਾਲਾ ਹੈ। ਜਿਹੜੇ ਲੋਕ ਕਮਜ਼ੋਰ ਹੋ ਜਾਂਦੇ ਨੇ, ਹਾਂ ਇੱਥੇ ਧਿਆਨ ਰੱਖਣਾ ਦੁਨੀਆ ਉਹਨਾਂ ਨੂੰ ਕਮਜ਼ੋਰ ਸਮਝਦੀ ਹੈ, ਪਰ ਉਹਨਾਂ ਦਾ ਇਰਾਦਾ ਬੜਾ ਬਲਵਾਨ ਹੁੰਦਾ, ਤੂੰ ਉਹਨਾਂ ਦਾ ਪੱਖ ਲੈਣਾ, ਗਰੀਬੁਲ ਪਰਸਤੈ। ਫਿਰ ਕਹਿੰਦੇ ਗਨੀ ਮੁੱਲ ਸ਼ਿਕਸਤ ਹੈ, ਗਨੀ ਮੁੱਲ ਕਹਿੰਦੇ ਨੇ ਜਿਹੜੇ ਲੋਕ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਹੰਕਾਰ ਵਿੱਚ ਚਲੇ ਜਾਂਦੇ, ਉਹਨਾਂ ਨੂੰ ਗਨੀ ਮੁੱਲ, ਗਨੀ ਯਾਨੀ ਕਿ ਹੰਕਾਰੀ ਨੇ, ਸ਼ਿਕਸਤ ਹੈ, ਉਹਨਾਂ ਨੂੰ ਸ਼ਿਕਸਤ ਦੇਣਾ, ਉਹਨਾਂ ਨੂੰ ਭਜਾ ਦੇਣਾ, ਇਹ ਉਹਦੀ ਵਡਿਆਈ ਹੈ। ਹਜ਼ੂਰ ਕਹਿੰਦੇ ਕਿ ਸਾਹਿਬ ਦਿਮਾਗ ਹੈ, ਤੂੰ ਸਿਆਣਾ ਬੜਾ ਹੈ, ਤੇਰਾ ਦਿਮਾਗ ਬੜਾ ਵੱਡਾ, ਤੂੰ ਐਡਾ ਸਿਆਣਾ ਹੈ ਵੀ ਤੂੰ ਕਈ ਬੰਦਿਆਂ ਦੇ ਦਿਮਾਗ ਇੰਨੇ ਤੇਜ਼ ਬਣਾ ਦਿੱਤੇ ਵੀ ਉਹ ਸਿੱਧ ਕਰ ਦਿੰਦੇ ਨੇ ਰੱਬ ਹੈ ਹੀ ਕੋਈ ਨਹੀਂ, ਇਹ ਵੀ ਉਹਨੇ ਬਣਾਏ ਨੇ, ਕਿੰਨੇ ਤੇਜ਼ ਦਿਮਾਗ ਬਣਾ ਦਿੱਤੇ ਇੱਕ ਆਦਮੀ ਦੇ ਵਿੱਚ। ਤੁਸੀਂ ਵੇਖੋ ਕਈ ਚੀਜ਼ਾਂ ਚੱਲਦੀਆਂ ਵੇਖ ਕੇ ਬੰਦੇ ਦਾ ਮਨ ਹੈਰਾਨ ਹੋ ਜਾਂਦਾ ਵੀ ਕਿਵੇਂ ਸਾਰਾ ਸਿਲਸਿਲਾ, ਇਹ ਜਹਾਜ਼ ਉੱਡ ਰਹੇ ਨੇ, ਕੰਟਰੋਲ ਕੌਣ ਕਰ ਰਿਹਾ,
ਉਪਗ੍ਰਹਿ ਚੱਕਰ ਲਾ ਰਹੇ ਨੇ, ਕਿੱਥੇ ਦਾ ਕਿੱਥੇ ਗੱਲ ਹੋ ਰਹੀ ਹੈ, ਇਹ ਕਿੰਨੇ ਕੱਢਿਆ ਇਸ ਦਿਮਾਗ ਨੇ, ਬਣਾਇਆ ਕਿੰਨੇ, ਜਿਹਦਾ ਦਿਮਾਗ ਸਾਹਿਬ ਸੀ, ਬਹੁਤ ਵੱਡਾ ਸੀ, ਉੱਚਾ ਸੀ, ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ। ਜਿਹਨੇ ਵਡਿਆਈ ਕਰਨ ਦੀ ਜਾਚ ਸਿੱਖ ਲਈ ਹਰ ਇੱਕ ਚੀਜ਼ ਵਿੱਚ ਉਹ ਧਿਆਨ ਦੇਣਾ। ਇੱਕ ਹੋਰ ਨੁਕਤਾ ਸਾਂਝਾ ਕਰਦਿਆਂ, ਆਮ ਤੌਰ 'ਤੇ ਬੰਦਾ ਰੱਬ ਦੀ ਉਸਤਤ ਉਦੋਂ ਕਰਦਾ ਜਦੋਂ ਉਹਦੀ ਜ਼ਿੰਦਗੀ ਵਿੱਚ ਚਾਨਣ ਹੋਵੇ। ਚਾਨਣ ਦਾ ਮਤਲਬ ਖੁਸ਼ੀ ਹੋਵੇ, ਖੁਸ਼ੀ ਦਾ ਮਤਲਬ ਕਾਮਯਾਬੀ ਹੋਵੇ, ਪੈਸੇ ਜ਼ਿਆਦਾ ਆਉਣ। ਉਦਣ ਕਹਿੰਦਾ ਵੀ ਤੂੰ ਦੇਣ ਵਾਲਾ, ਤੂੰ ਦਾਤਾ ਹੈ। ਪਰ ਤੁਸੀਂ ਕੋਈ ਇਸ ਤਰ੍ਹਾਂ ਦਾ ਭਗਤ ਵੇਖਿਆ? ਜੇ ਕਿਸੇ ਦੇ ਘਰ ਵਿੱਚ ਖੁਸ਼ੀ ਆ ਜਾਏ, ਦੀਵਾ ਜਗ ਜਾਏ, ਧਨ ਜ਼ਿਆਦਾ ਆ ਜਾਏ, ਉਦੋਂ ਤਾਂ ਕਹੇਗਾ ਜੀ ਸ਼ੁਕਰਾਨਾ ਕਰੀਏ, ਸ਼ੁਕਰਾਨਾ ਕਰੀਏ। ਚੰਗਾ ਵੈਸੇ ਕਰਨਾ ਚਾਹੀਦਾ। ਪਰ ਮੈਂ ਬੜਾ ਲੱਭਿਆ, ਮੈਨੂੰ ਇੱਕੋ ਭਗਤ ਲੱਭਾ ਜਿਹਨੇ ਕਿਹਾ ਵੀ ਅੱਜ ਤੂੰ ਮੈਨੂੰ ਹਨੇਰੇ ਵਿੱਚ ਤੋਰਿਆ, ਅੱਜ ਵੀ ਮੈਂ ਤੇਰੇ ਸ਼ੁਕਰਾਨਾ ਕਰਨਾ। ਉਹ ਵੀ ਤੁਸੀਂ ਜਾਪ ਸਾਹਿਬ ਵਿੱਚ ਪੜ੍ਹੋਗੇ। ਉਹ ਕਦੋਂ ਕਹਿੰਦੇ? ਹਜ਼ੂਰ ਕਹਿੰਦੇ ਨਮੋ ਤੇਜ ਤੇਜੇ ਨਮੋ ਅੰਧਕਾਰੇ। ਹਨੇਰੇ ਵਿੱਚ ਵੀ ਤੈਨੂੰ ਨਮਸਕਾਰ, ਤੇਜੇ ਦਾ ਅਰਥ ਪ੍ਰਕਾਸ਼ ਵਿੱਚ ਵੀ ਤੈਨੂੰ ਨਮਸਕਾਰ। ਸ਼ਾਇਦ ਇਹ ਬਚਨ ਕਲਗੀਆਂ ਵਾਲੇ ਨੇ ਉਦੋਂ ਹੀ ਪੜਿਆ ਸੀ ਜਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲੇ। ਚੌਵਾਂ ਪਾਸੇ ਕੁਝ ਨਹੀਂ ਦਿਸਦਾ, ਚੌਵਾਂ ਪਾਸੇ ਹਨੇਰਾ, ਪਿੱਛੇ ਭਾਈ ਦਇਆ ਸਿੰਘ ਅਤੇ ਸਤਿਗੁਰੂ। ਇੱਕ ਬਚਨ ਵਾਰ ਵਾਰ ਪੜੇ ਜਾਂਦੇ, ਨਮੋ ਅੰਧਕਾਰੇ ਨਮੋ ਅੰਧਕਾਰੇ। ਅੱਗੇ ਲੰਘ ਕੇ ਭਾਈ ਦਇਆ ਸਿੰਘ ਜੀ ਨੇ ਕਈ ਦਿਨਾਂ ਬਾਅਦ ਪੁੱਛਿਆ, ਮਹਾਰਾਜ ਰਾਹ ਵਿੱਚ ਤੁਸੀਂ ਬੜੀ ਵਾਰੀ ਨਮੋ ਅੰਧਕਾਰੇ ਪੜ੍ਹ ਰਹੇ ਸੀ, ਗੱਲ ਕੀ ਬਣੀ? ਕਹਿਣ ਲੱਗੇ ਦਇਆ ਸਿੰਘ ਜੀ, ਜਦੋਂ ਮਸ਼ਾਲਾਂ ਜਗਦੀਆਂ ਸਨ ਅਨੰਦਪੁਰ ਸਾਹਿਬ ਵਿੱਚ, ਜਗਮਕਾਟ ਸੀ, ਉਦੋਂ ਵੀ ਮੈਂ ਆਪਣੇ ਰੱਬ ਨੂੰ ਕਿਹਾ ਵੀ ਤੂੰ ਮੈਨੂੰ ਚਾਨਣ ਵਿੱਚ ਬਿਠਾਇਆ, ਅਤੇ ਮੈਂ ਸੋਚਿਆ ਵੀ ਉਸ ਰੱਬ ਨਾਲ ਕਿਉਂ ਵਪਾਰ ਕਰੀਏ, ਜੇ ਤਾਂ ਚਾਨਣ ਵਿੱਚ ਬਿਠਾਇਆ ਸੀ ਉਦੋਂ ਤਾਂ ਕਹਿ ਦਿੱਤਾ ਸੀ ਨਮੋ ਤੇਜ ਤੇਜੇ, ਤੇਜ ਦਾ ਅਰਥ ਹੁੰਦਾ ਚਾਨਣ, ਚਾਨਣ ਵਿੱਚ ਬਿਠਾਉਣ ਵਾਲਿਆ ਤੈਨੂੰ ਨਮਸਕਾਰ। ਅਤੇ ਜੇ ਚਾਨਣ ਉਹਨੇ ਬਣਾਇਆ ਤਾਂ ਇਹ ਵੀ ਨਿਸ਼ਚਿਤ ਹੈ, ਇਹ ਵੀ ਸੱਚ ਹੈ, ਹਨੇਰਾ ਵੀ ਉਹਨੇ ਬਣਾਇਆ, ਫਿਰ ਮੈਂ ਹਨੇਰੇ ਵਿੱਚ ਕਿਉਂ ਉਹਨਾਂ ਨੂੰ ਨਮਸਕਾਰ ਕਰਨਾ? ਇਵੇਂ ਦਾ ਭਗਤ, ਇਵੇਂ ਦਾ ਗੁਰੂ ਲੱਭਣਾ ਬੜਾ ਕਠਿਨ ਹੈ ਜਿਹੜਾ ਹਨੇਰੇ ਵਿੱਚ ਵੀ ਉਹਨੂੰ ਨਮਸਕਾਰ ਕਰਦਾ। ਇਸ ਕਰਕੇ ਇਹ ਉਹਦੀ ਵਡਿਆਈ ਅਤੇ ਵਿਚਾਰ ਦੋਵੇਂ ਚੀਜ਼ਾਂ ਨੇ। ਜਿਹੜਾ ਮੈਂ ਵਿਸ਼ਾ ਸਾਂਝਾ ਕਰ ਰਿਹਾ ਸੀ, ਅੱਖਰੀ ਅਰਥ ਕਰਾਂ ਸਮੇਂ ਦੇ ਅਨੁਸਾਰ, ਸਾਡੇ ਅੰਦਰ ਇੱਕ ਹਿੱਸਾ ਹਨੇਰਾ ਹੈ ਵਿਕਾਰਾਂ ਦਾ, ਇੱਕ ਹਿੱਸਾ ਚਾਨਣ ਦਾ। ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਅੰਮ੍ਰਿਤ ਪੀਣ ਵਾਲੇ ਬਣਾਉਂਦੇ ਨਹੀਂ, ਉਹਨਾਂ ਚਿਰ ਗੁਰੂ ਅੰਮ੍ਰਿਤ ਦੇ ਵੀ ਤਾਂ ਵੀ ਪੀਤਾ ਨਹੀਂ ਜਾਏਗਾ। ਖਿਆਲ ਰੱਖਣਾ, ਸਾਡੇ ਪੰਛੀ ਹੈ, ਉਹ ਕਾਂ ਵੀ ਬਣ ਸਕਦਾ, ਉਹ ਹੰਸ ਵੀ ਬਣ ਸਕਦਾ। ਸਤਿਗੁਰੂ ਨੇ ਉਹਦੇ ਬਾਰੇ ਬਚਨ ਕੀਤੇ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤਾ ਕੌਆ ਹੰਸ ਹੋਵੇ। ਅੰਦਰ ਦੀ ਬਿਰਤੀ ਨਹੀਂ, ਜਿਵੇਂ ਦੀ ਬਿਰਤੀ ਹੈ ਗੁਰੂ ਕੋਲੋਂ ਉਹ ਹੀ ਮਿਲੇਗਾ, ਉਸ ਤੋਂ ਵੱਧ ਨਹੀਂ ਕੁਝ ਮਿਲ ਸਕਦਾ। ਇਸ ਲਈ ਸਾਡੇ 'ਤੇ ਗੱਲ ਖੜੀ ਹੈ, ਮੈਂ ਬੇਨਤੀ ਕਰਦਿਆਂ ਗੁਰੂ 'ਤੇ ਗੱਲ ਨਹੀਂ ਖੜੀ। ਇੱਕ ਵਿਚਾਰ ਨੇ ਸਾਡਾ ਬਹੁਤ ਨੁਕਸਾਨ ਕੀਤਾ, ਜਿਹਨੂੰ ਅਸੀਂ ਵਾਰ ਵਾਰ ਕਿਹਾ ਵੀ ਸਭ ਕੁਝ ਗੁਰੂ ਨੇ ਕਰਨਾ, ਸਭ ਕੁਝ ਗੁਰੂ ਨੇ ਕਰਨਾ, ਇਸ ਕਰਕੇ ਅਸੀਂ ਮੈਂ ਕਹਿ ਦਿਆਂ ਵੀ ਆਲਸੀ ਹੋ ਗਏ, ਕਿਉਂਕਿ ਜਦੋਂ ਗੁਰੂ ਨੇ ਕਰਨਾ ਮੈਨੂੰ ਕੀ ਲੋੜ ਹੈ, ਮੌਜ ਕਰੋ, ਸਾਰਾ ਦਿਨ ਝੂਠ ਬੋਲੋ, ਸਾਰਾ ਦਿਨ ਨਿੰਦਿਆ ਕਰੋ, ਚੋਰੀ ਕਰੋ, ਝੂਠ ਬੋਲੋ, ਧੋਖਾ ਦਿਓ, ਕਿਉਂ? ਆਪਾਂ ਤਾਂ ਕਰਨਾ ਹੀ ਕੁਝ ਨਹੀਂ। ਜਦੋਂ ਆਪਾਂ ਕਰਨਾ ਹੀ ਕੁਝ ਨਹੀਂ, ਆਪਾਂ ਨੂੰ ਫਿਰ ਫਿਕਰ ਦੀ ਕੀ ਲੋੜ, ਜੋ ਮਰਜ਼ੀ ਕਰੀਏ। ਇਸ ਬਿਰਤੀ ਕਰਕੇ ਅਸੀਂ ਸਾਰੀ ਉਮਰ ਲੰਘਾ ਦਿੱਤੀ, ਅਜੇ ਤੱਕ ਕੁਝ ਨਹੀਂ ਹੋਇਆ। ਹਜ਼ੂਰ ਨੇ ਕਿਹਾ ਨਹੀਂ, ਮੈਂ ਬਹੁਤ ਕੁਝ ਕਰਨਾ ਪਰ ਤੂੰ ਵੀ ਕੁਝ ਕਰਨਾ ਹੈ। ਜੇ ਤੂੰ ਆਪਣੇ ਕੰਮ ਕਰਨ ਤੋਂ ਬੇਗੈਰ ਜ਼ਿੰਮੇਵਾਰ ਹੋ ਗਿਆ ਤਾਂ ਸਾਡਾ ਤਾਂ ਦੇਸ਼ ਹੈ ਹੀ ਗੈਰ ਜ਼ਿੰਮੇਵਾਰ, ਸਾਡਾ ਤਾਂ ਦੇਸ਼ ਹੀ ਗੈਰ ਜ਼ਿੰਮੇਵਾਰ ਹੈ, ਜ਼ਿੰਮੇਵਾਰੀ ਹੈ ਹੀ ਕੋਈ ਨਹੀਂ। ਇਹ ਤਾਂ ਇਹਦਾ ਕੀ ਹੈ, ਇਹ ਤਾਂ ਤੁਰਦਾ ਤੁਰਦਾ ਕੇਲਾ ਖਾ ਕੇ ਛਿੱਲਰ ਰਾਹ ਵਿੱਚ ਸਿੱਟਦਾ, ਇਹ ਤਾਂ ਤੁਰਦਾ ਤੁਰਦਾ ਲਿਫਾਫੇ ਰਾਹ ਵਿੱਚ ਖਿਲਾਰ ਜਾਏ, ਰਾਹ ਵਿੱਚ ਗੰਦ ਪਾ ਦੇ, ਕਿੱਥੇ ਜ਼ਿੰਮੇਵਾਰ ਹੈ ਆਪਣੇ ਕੰਮ ਦਾ? ਇਹਨੇ ਦੂਜੇ ਨੂੰ ਥੋੜ੍ਹੀ ਵੇਖਣਾ ਹੈ, ਇਹਨੇ ਕਿਸੇ ਨੂੰ ਨਹੀਂ ਵੇਖਣਾ, ਇਹਨੇ ਸਿਸਟਮ ਵਿੱਚ ਆਉਣਾ ਹੀ ਨਹੀਂ।
ਸਾਡਾ ਤਾਂ ਦੇਸ਼ ਹੀ ਗੈਰ ਜ਼ਿੰਮੇਵਾਰ ਲੋਕਾਂ ਦਾ, ਜ਼ਿੰਮੇਵਾਰੀ ਹੈ ਹੀ ਕੋਈ ਨਹੀਂ। ਕਹਿੰਦੇ ਆਪਣਾ ਘਰ ਸਜਾਓ, ਦੂਜਿਆਂ ਦਾ ਕੀ, ਜੋ ਮਰਜ਼ੀ ਹੋਵੇ। ਇੱਥੋਂ ਹੀ ਗੁਰੂ ਗੋਬਿੰਦ ਸਿੰਘ ਨਾਲ ਸਾਡੀ ਸਾਂਝ ਖਤਮ ਹੋ ਗਈ। ਉਹਨਾਂ ਨੇ ਕਿਹਾ ਸੀ ਮੇਰਾ ਇਕੱਲੇ ਦਾ ਘਰ ਵਸਦਾ ਰਹੇ ਇਹਦੇ ਨਾਲ ਕੀ ਨਿਬੜੇਗਾ, ਇੱਕੋ ਜਿਹਾ ਘਰ ਦੂਜਿਆਂ ਦੇ ਵੀ ਵਸਣੇ ਚਾਹੀਦੇ ਨੇ। ਅਸੀਂ ਕਿਹਾ ਵੀ ਤੁਸੀਂ ਆਪਣਾ ਵਸਾਓ, ਦੁਨੀਆ ਜਿਹੜੇ ਖੂਹ ਵਿੱਚ ਡਿੱਗਦੀ ਹੈ ਡਿੱਗੇ, ਪੰਥ ਜਿਹੜੇ ਪਾਸੇ ਜਾਂਦਾ ਜਾਓ, ਤੁਸੀਂ ਆਪਣਾ ਬੂਤਾ ਸਾਰੋ, ਸਿੱਧਾ ਕਰੋ ਕੰਮ। ਇੱਥੋਂ ਸਾਡੀ ਸਾਂਝ ਖਤਮ ਹੋ ਗਈ। ਇਸ ਕਰਕੇ ਜਦੋਂ ਅਸੀਂ ਸਾਡੇ ਅੰਦਰ ਜਿੰਨੇ ਪੰਛੀ, ਭਾਈ ਗੁਰਦਾਸ ਜੀ ਕਹਿੰਦੇ ਗਜ ਗਜ ਦੀ ਬਿਰਤੀ ਵਾਸ਼ਨਾ ਦੀ, ਕਹਿੰਦੇ ਮਿਰਗ ਮਿਰਗ ਜਿਹੜਾ ਨਾ ਉਹ ਸਰੋਤ ਦਾ ਗੁਲਾਮ ਹੈ, ਸੁਣੀ ਜਾਣਾ ਦਿਨ ਰਾਤ, ਸੁਣੀ ਜਾਣਾ, ਕੰਨਾਂ ਦੇ ਵਿੱਚ ਤਾਰਾਂ ਲਾ ਕੇ ਸੁਣੀ ਜਾਣਾ, ਸੁਣੀ ਜਾਣਾ। ਇਸ ਗੀਤ ਰਸ ਦਾ ਅੰਦਰ ਇੱਕ ਬਿਰਤੀ ਹੈ, ਮੀਨ ਖਾਈ ਜਾਣਾ ਰਸ ਅਧੀਨ, ਖਾਈ ਜਾਣਾ ਸਾਰਾ ਦਿਨ, ਕੋਈ ਟਾਈਮ ਨਹੀਂ, ਕੋਈ ਵਕਤ ਨਹੀਂ, ਕੋਈ ਪਰਹੇਜ਼ ਨਹੀਂ, ਕੋਈ ਮਰਿਆਦਾ ਨਹੀਂ, ਖਾਣ ਦੇ ਰਸ ਵਿੱਚ ਜਿਉਣਾ। ਕਹਿੰਦੇ ਨੇ ਪਤੰਗ ਵੇਖਣ ਦੇ ਰਸ ਵਿੱਚ ਜਿਉਣਾ, ਪਤੰਗਾ ਵੇਖਣ ਦੇ ਰਸ ਵਿੱਚ ਜਿਉਂਦਾ, ਅਲ ਅਲ ਜਿਹੜਾ ਸੁੰਘਣ ਦੇ ਰਸ ਵਿੱਚ, ਸੁਗੰਧੀ ਦੇ ਰਸ ਵਿੱਚ ਰਹਿੰਦਾ। ਇਹ ਸਾਰੀਆਂ ਬਿਰਤੀਆਂ ਨੇ ਸਾਡੇ ਅੰਦਰ। ਭਾਈ ਗੁਰਦਾਸ ਜੀ ਕਹਿੰਦੇ ਇਕਤ ਇਕਤ ਰੋਗ ਪਚੰਦੇ, ਆ ਜਿੰਨੇ ਨੇ ਨਾ ਹਾਥੀ, ਮਿਰਗ, ਮੀਨ, ਮੱਛੀ ਅਤੇ ਪਤੰਗਾ ਅਤੇ ਭਵਰਾ, ਇਹਨਾਂ ਵਿੱਚ ਇੱਕ ਇੱਕ ਬਿਮਾਰੀ ਹੈ ਅਤੇ ਇੱਕ ਇੱਕ ਨਾਲ ਉਹ ਮਰ ਜਾਂਦੇ ਨੇ। ਹਾਥੀ ਗੁਲਾਮ ਹੋ ਜਾਂਦਾ ਸਾਰੀ ਉਮਰ ਲਈ, ਮਿਰਗ ਫੜਿਆ ਜਾਂਦਾ ਸ਼ਿਕਾਰੀ ਦੇ ਹੱਥਾਂ ਵਿੱਚ। ਮੈਂ ਵਿਸਤਾਰ ਨਹੀਂ ਕਰਾਂਗਾ ਕਿਉਂਕਿ ਬੜੀ ਵਾਰੀ ਤੁਸੀਂ ਸੁਣਿਆ ਕਿਵੇਂ ਫੜੇ ਜਾਂਦੇ ਨੇ। ਮੀਨ, ਮੱਛੀ ਫੜੀ ਜਾਂਦੀ ਹੈ ਕੁੰਡੀ ਦੇ ਉੱਤੇ ਮਾਸ ਵੇਖ ਕੇ, ਚੱਕ ਮਾਰ ਕੇ। ਪਤੰਗਾ ਦੀਵੇ ਨੂੰ ਵੇਖ ਕੇ ਸੜ ਕੇ ਮਰ ਜਾਂਦਾ। ਅਲ ਭਵਰਾ ਫੁੱਲ 'ਤੇ ਬਹਿ ਕੇ ਆਪਣਾ ਆਪ ਗਵਾ ਲੈਂਦਾ। ਇਸੇ ਤਰ੍ਹਾਂ ਇੱਕ ਇੱਕ ਬਿਮਾਰੀ ਉਹਨਾਂ ਨੂੰ ਮਾਰਨ ਦਾ ਕਾਰਨ ਬਣਦੀ ਹੈ। ਅਤੇ ਭਾਈ ਗੁਰਦਾਸ ਕਹਿੰਦੇ ਸਤਿਗੁਰੂ ਸਾਡੇ ਸਰੀਰ ਵਿੱਚ ਤਾਂ ਪੰਜੇ ਇਕੱਠੀਆਂ ਨੇ, ਸਾਡਾ ਕੀ ਬਣੇਗਾ, ਸਾਰੀਆਂ ਪੰਜੇ ਇੱਕੋ ਥਾਂ 'ਤੇ ਨੇ, ਕਿਵੇਂ ਬਚੀਏ। ਫਿਰ ਕਹਿੰਦੇ ਮਾਨਸ ਦੇਹੀ ਪੰਜ ਰੋਗ, ਪੰਜੇ ਦੂਤ ਕਸੂਤ ਕਰਨ ਦੇ। ਇੱਥੇ ਪੰਜ ਸ਼ਕਤੀਆਂ ਵੱਸਦੀਆਂ ਸਾਡੇ ਵਿੱਚ, ਅਤੇ ਇਹ ਜ਼ਿੰਦਗੀ ਦੇ ਸੂਤਰਧਾਰ ਨੂੰ ਤੋੜ ਕੇ ਕਸੂਤ ਕਰ ਦਿੰਦੀਆਂ। ਕਸੂਤ ਦਾ ਮਤਲਬ ਸਿਸਟਮ ਤੋਂ ਬਾਹਰ ਕਰ ਦਿੰਦੀਆਂ, ਜ਼ਿੰਦਗੀ ਨੂੰ ਸੂਤਰ ਤੋਂ ਬਾਹਰ ਕਰ ਦਿੰਦੀਆਂ ਨੇ, ਨਿਯਮ ਤੋਂ ਬਾਹਰ ਕਰ ਦਿੰਦੀਆਂ ਨੇ। ਹਜ਼ੂਰ ਕਹਿੰਦੇ ਆਸਾ ਮਨਸਾ ਡਾਇਣੀ, ਦੋ ਡੈਣਾਂ ਵੱਸਦੀਆਂ ਨੇ ਸਾਡੇ ਸਰੀਰ ਵਿੱਚ। ਕਿਤੇ ਤੁਸੀਂ ਡੈਣਾਂ ਵੇਖਣੀਆਂ ਹੋਣਗੀਆਂ। ਭਾਈ ਗੁਰਦਾਸ ਜੀ ਕਹਿੰਦੇ ਦੋ ਡੈਣਾਂ ਨੇ, ਆਸਾ ਅਤੇ ਮਨਸਾ। ਡੈਣ ਦੇ ਸੰਬੰਧ ਵਿੱਚ ਆਮ ਤੌਰ 'ਤੇ ਮੰਨਿਆ ਜਾਂਦਾ ਉਹ ਖਾ ਜਾਂਦੀ ਬੰਦੇ ਨੂੰ, ਇਹ ਜਿਹੜੀ ਵਧੀ ਹੋਈ ਤ੍ਰਿਸ਼ਨਾ, ਇੱਛਾ ਜ਼ਿਆਦੀ ਹੋ ਜਾਏ ਤਾਂ ਬੰਦੇ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ। ਫਿਰ ਕਹਿੰਦੇ ਹਰਖ ਸੋਗ ਬਹੁ ਰੋਗ ਬਦੰਦੇ, ਖੁਸ਼ੀ ਵਿੱਚ ਜ਼ਿਆਦਾ ਖੁਸ਼ ਹੋ ਜਾਣਾ ਅਤੇ ਗਮੀ ਵਿੱਚ ਜ਼ਿਆਦਾ ਗਮੀ ਚਲੇ ਜਾਣਾ, ਇਹਦੇ ਨਾਲ ਸਰੀਰ ਨੂੰ ਰੋਗ ਲੱਗਦੇ ਨੇ। ਜਿੰਨੇ ਰੋਗ ਨੇ ਸਰੀਰ ਦੇ ਜਾਂ ਜਿੰਨੇ ਵੀ ਰੋਗ ਨੇ, ਇਹਨਾਂ ਦੋ ਚੀਜ਼ਾਂ ਤੋਂ ਪੈਦਾ ਹੁੰਦੇ ਨੇ। ਵਿਗਿਆਨ ਨੇ, ਮਾਨਸਿਕ ਵਿਗਿਆਨੀਆਂ ਨੇ ਪਿੱਛੇ ਜੀ ਇਹਦੀ ਖੋਜ ਕੀਤੀ ਥੋੜ੍ਹਾ ਚਿਰ, ਉਹ ਕਹਿੰਦੇ ਵੀ ਬੰਦਾ ਬਿਮਾਰ ਤਾਂ ਹੁੰਦਾ ਹੈ, ਖੁਸ਼ੀ ਵਿੱਚ ਜ਼ਿਆਦਾ ਖੁਸ਼ ਹੋ ਜਾਂਦਾ ਹੈ, ਗਮੀ ਵਿੱਚ ਜ਼ਿਆਦਾ ਗਮੀ ਵਿੱਚ, ਫਿਰ ਉਹਨੇ ਚਲੇ ਜਾਣਾ ਉਸੇ ਪਰਸੈਂਟੇਜ ਵਿੱਚ। ਜਿੰਨਾ ਖੁਸ਼ੀ ਵਿੱਚ ਜ਼ਿਆਦਾ ਖੁਸ਼ ਹੋ ਜਾਏਗਾ ਨਾ, ਆਊਟ ਚਲਾ ਜਾਏਗਾ, ਉਹਨਾਂ ਗਮ ਵਿੱਚ ਦੁਖੀ ਜ਼ਿਆਦਾ ਹੋਵੇਗਾ। ਤਾਂ ਇਹਦੇ ਕਰਕੇ ਕਹਿੰਦੇ ਹਰਖ ਸੋਗ ਬਹੁ ਰੋਗ ਵਧਾਉਂਦੇ, ਕਹਿੰਦੇ ਇਹਦੇ ਨਾਲ ਬੜੇ ਰੋਗ ਵੱਧਦੇ ਨੇ। ਮਨ ਮੁੱਖ ਦੂਜੇ ਭਾਏ ਲੱਗ, ਭੰਬਲ ਭੂਸੇ ਖਾਏ ਪਵੰਦੇ। ਪੂਰੇ ਗੁਰੂ ਦਾ ਸਾਥ ਛੱਡ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਤਿਆਗ ਕੇ, ਸੁਣਦਾ ਨਹੀਂ, ਮਨ ਮਰਜ਼ੀ ਨਾਲ ਜਿਉਂਦਾ, ਸਿੱਧੇ ਰਾਹ ਨੂੰ ਤਿਆਗ ਕੇ ਮਨਮੁੱਖ ਦੂਜੀ ਭਾਵਨਾ ਵਿੱਚ ਲੱਗ ਕੇ, ਭੰਬਲ ਭੂਸਿਆਂ ਵਿੱਚ ਪੈ ਕੇ, ਦੁਬਧਾ ਵਿੱਚ ਪੈ ਕੇ ਜੀਵਨ ਨੂੰ ਖੁਆਰ ਕਰ ਲੈਂਦੇ ਨੇ। ਭਾਈ ਸਾਹਿਬ ਅੱਗੇ ਕਹਿੰਦੇ ਸਤਿਗੁਰ ਸੱਚਾ ਪਾਤਸ਼ਾਹ, ਗੁਰਮੁਖ ਗਾਡੀ ਰਾਹ ਚੱਲਣ ਦੇ। ਗਾਡੀ ਰਾਹ, ਇਹਦੇ ਬਾਰੇ ਮੈਂ ਆਪ ਜੀ ਨਾਲ ਕੱਲ੍ਹ ਸਾਰੀ ਗੱਲ ਕਰ ਦਿੱਤੀ ਸੀ, ਇਸ ਕਰਕੇ ਕਥਾ ਉਹਨਾਂ ਦੇ ਸਮਝ ਜ਼ਿਆਦਾ ਆਉਂਦੀ ਜਿਹੜੇ ਰੂਟੀਨ ਵਿੱਚ ਰੋਜ਼ ਆਉਂਦੇ ਨੇ, ਉਹਨਾਂ ਨੂੰ ਜ਼ਿਆਦਾ ਆਉਂਦੀ ਹੈ। ਇਹ ਗਾਡੀ ਰਾਹ ਕੱਲ੍ਹ ਮੈਂ ਆਪ ਜੀ ਨੂੰ, ਕਿਉਂਕਿ 15-20 ਮਿੰਟ ਦਾ ਇਹ ਵਿਸ਼ਾ ਮੈਂ ਕਿਹਾ ਸੀ, ਗਾਡੀ ਰਾਹ ਯਾਨੀ ਕਿ ਜਿਹੜੇ ਗੁਰਮੁਖ ਨੇ ਨਾ, ਉਹ ਇਸ ਰਾਹ ਨੂੰ ਅਖਤਿਆਰ ਕਰ ਲੈਂਦੇ ਵੀ ਸਤਿਗੁਰੂ ਨੂੰ ਪੁੱਛ ਕੇ ਸੰਸਾਰ ਵਿੱਚ ਜਿਉਂਦੇ ਨੇ। ਇਹ ਨਹੀਂ ਵੀ ਸੰਸਾਰ ਨੂੰ ਤਿਆਗ ਦਿੰਦੇ ਨੇ, ਉਹ ਜਗਤ ਦੇ ਵਿੱਚ ਉਸ ਤਰੀਕੇ ਨਾਲ ਜਿਉਂਦੇ ਨੇ
ਜਿਹੜਾ ਰਸਤਾ ਗੁਰੂ ਸਾਹਿਬ ਨੇ ਐਕਸਪੀਰੀਅੰਸ ਕਰਕੇ ਤਜਰਬੇ ਕਰਕੇ ਜੀ ਕੇ ਵਿਖਾਇਆ। ਜਦੋਂ ਆਪਾਂ ਗੱਲ ਕਰੀਏ ਨਾ ਵੀ ਗੁਰੂ ਦੇ ਮਾਰਗ 'ਤੇ, ਆਮ ਸੰਸਾਰੀ ਬੰਦਾ ਸਮਝ ਲੈਂਦਾ ਵੀ ਇਹ ਤਾਂ ਤਿਆਗ ਦੀ ਗੱਲ ਹੈ, ਕਥਾ ਬਾਕੀ ਸਾਰੀ ਸੁਣ ਲਾਂਗੇ। ਜਦੋਂ ਕਹਾਂਗੇ ਗੁਰੂ ਦੇ ਮਾਰਗ 'ਤੇ, ਆਮ ਨੌਜਵਾਨ ਤਬਕਾ ਉਹ ਕਹਿੰਦਾ ਹੁਣ ਗੁਰੂ ਦੇ ਮਾਰਗ ਦੀ ਗੱਲ ਆ ਗਈ, ਥੋੜ੍ਹਾ ਜਿਹਾ ਘੱਟ ਹੀ ਸੁਣਨਾ। ਕਿਉਂ? ਉਹਨਾਂ ਨੂੰ ਡਰਾਇਆ ਗਿਆ ਸਾਡੇ ਵੱਲੋਂ ਵੀ ਗੁਰੂ ਦੇ ਮਾਰਗ 'ਤੇ ਤੁਰਨ ਦੇ ਅਰਥ ਨੇ ਦੁਨੀਆ ਛੱਡ ਜਾਣੀ। ਤਾਂ ਹੀ ਅਸੀਂ ਸਿਖਾਇਆ ਨਹੀਂ ਜੀ, ਇੱਕ ਤਾਂ ਧਰਮ ਵੀ ਇੱਥੇ ਇਸ ਧਰਤੀ 'ਤੇ ਇਸ ਤਰ੍ਹਾਂ ਦਾ ਚੱਲਦਾ ਜੇ ਪਿਆ, ਉਹ ਕਹਿੰਦੇ ਵੀ ਜਿਹੜਾ ਬੰਦਾ ਵਿਆਹਿਆ ਨਹੀਂ ਉਹਨੂੰ ਅਸੀਂ ਮੰਤਰ ਨਹੀਂ ਦਿੰਦੇ। ਤੁਸੀਂ ਹੈਰਾਨ ਹੋਵੋਗੇ, ਆ ਕੰਨ ਵਿੱਚ ਮੰਤਰ ਦੇਣ ਵਾਲੇ ਨੇ ਉਹ। ਉਹ ਕਹਿੰਦੇ ਵੀ ਜਿਹੜਾ ਬੰਦਾ ਅਜੇ ਤੱਕ ਸ਼ਾਦੀ ਨਹੀਂ ਨਾ ਹੋਈ, ਸ਼ਾਦੀ ਤੋਂ ਬਾਅਦ ਮੰਤਰ ਦਿੰਦੇ ਹਾਂ। ਯਾਨੀ ਕਿ ਜਿਹੜਾ ਪਹਿਲਾਂ 50% ਤੋਂ ਜ਼ਿਆਦਾ ਧਰਤੀ 'ਤੇ ਕਰੋੜਾਂ ਬੰਦੇ ਨੇ, ਜੀਵ ਨੇ, ਉਹ ਧਰਮੀ ਨਹੀਂ ਹੋ ਸਕਦੇ। ਉਹ ਕਿਵੇਂ ਦਾ ਧਰਮ ਹੈ ਜਿਹੜਾ ਵਿਆਹ ਸ਼ਾਦੀ ਨਾਲ ਸੰਬੰਧ ਰੱਖਦਾ? ਧਰਮ ਦੇ ਤੇ ਅਰਥ ਸੁਭਾਅ ਹੈ, ਉਹ ਤਾਂ ਬੱਚੇ ਵਾਸਤੇ ਵੀ, ਉਹ ਤਾਂ ਜਵਾਨ ਵਾਸਤੇ ਵੀ, ਬੁੱਢੇ ਵਾਸਤੇ, ਸਾਰਿਆਂ ਵਾਸਤੇ। ਪਰ ਅਸੀਂ ਔਖਾ ਕਰ ਦਿੱਤਾ, ਅਸੀਂ ਧਰਮ ਦੇ ਅਰਥ ਕੱਢੇ ਸੰਨਿਆਸ, ਤਿਆਗ। ਮੈਂ ਇੱਕ ਦਿਨ ਇੱਥੇ ਵਿਆਖਿਆ ਵੀ ਕੀਤੀ ਸੀ ਵੀ ਉਹ ਬੰਦੇ ਜਿਹੜੇ ਬਿਲਕੁਲ 100% ਵੈਰਾਗੀ ਹੋ ਜਾਂਦੇ ਨੇ, ਉਹ ਹੁੰਦੇ ਹੈਣ ਜ਼ਰੂਰ, ਪਰ ਉਹਨਾਂ ਬਾਰੇ ਗੁਰੂ ਸਾਹਿਬ ਨੇ ਕਿਹਾ ਬਹੁਤ ਥੋੜ੍ਹੇ ਨੇ, ਹੈਣ ਵਿਰਲੇ ਨਾ ਹੀ ਕਣੇ। ਜਿੱਥੇ ਆਮ ਬੰਦੇ ਨੇ ਆਮ ਜੀਵਨ ਜਿਉਣਾ ਸੰਸਾਰ ਦਾ, ਉਹਦੇ ਵਾਸਤੇ ਉਹ ਡੂੰਘਾਈਆਂ ਕੰਮ ਨਹੀਂ ਦਿੰਦੀਆਂ। ਆਮ ਸੰਸਾਰਿਕ ਨੂੰ ਆਮ ਧਰਮ ਚਾਹੀਦਾ, ਉਹ ਮੋਟੇ ਤੌਰ 'ਤੇ ਜ਼ਿੰਦਗੀ ਜਿਉਣ ਦੀ ਜਾਚ ਸਿੱਖਦਾ। ਇਹਨੂੰ ਕਹਿੰਦੇ ਗਾਡੀ ਰਾਹ 'ਤੇ ਚੱਲਣਾ, ਵੀ ਗੁਰੂ ਦੇ ਸਮਝਾਏ ਮਾਰਗ ਦੇ ਅਨੁਸਾਰ ਸਵੇਰੇ ਟਾਈਮ ਨਾਲ ਉੱਠਣਾ। ਸਿੱਧੀ ਜਿਹੀ ਗੱਲ ਹੈ, ਕੋਈ ਬਹੁਤੀ ਲੰਬੀ ਚੌੜੀ ਨਹੀਂ। ਜਿੰਨਾ ਕੁ ਸਮਾਂ ਲੱਗੇ ਜੇ ਪਾਠ ਆਉਂਦਾ ਤਾਂ ਪਾਠ ਕਰੋ, ਨਹੀਂ ਤਾਂ ਸਤਨਾਮ ਵਾਹਿਗੁਰੂ ਬੋਲ ਲਓ 10 ਮਿੰਟ। ਕੋਈ ਬਹੁਤਾ ਇਹੋ ਜਿਹੀ ਗੱਲ ਨਹੀਂ ਗੁਰੂ ਸਾਹਿਬ ਨੇ ਕੀਤੀ, ਸਾਇਆ ਨਹੀਂ ਹੈ। ਫਿਰ ਆਪਣੀ ਕਿਰਤ ਕਰਨੀ ਹੈ, ਸੱਚ ਬੋਲਣਾ, ਕਿਸੇ ਨੂੰ ਧੋਖਾ ਨਹੀਂ ਦੇਣਾ, ਕਿਸੇ ਨੂੰ ਮਾੜਾ ਨਹੀਂ ਸਮਝਣਾ ਆਪਣੇ ਤੋਂ। ਸੱਚੇ ਮਾਰਗ 'ਤੇ ਤੁਰਨਾ ਅਤੇ ਕਿਸੇ ਤਕੜੇ ਦੀ ਪਰਵਾਹ ਵੀ ਨਹੀਂ ਕਰਨੀ। ਨਾਲ ਇਹ ਵੀ ਗੱਲ ਕਹੀ ਹੈ, ਖੁਸ਼ਾਮਦੀ ਜੀਵਨ ਨਹੀਂ ਹੈ ਜਿਹੜਾ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਜੀ ਬਣਦਾ ਕੁਝ ਨਹੀਂ। ਬੜੇ ਗੁਰਮੁਖ ਕਹਿੰਦੇ ਜੀ ਜਪ ਤਪ ਤਾਂ ਬੜਾ ਹੁੰਦਾ ਕੁਝ ਨਹੀਂ ਪਿਆ। ਮੈਂ ਕਿਹਾ ਹੋਵੇ ਕਿਵੇਂ, ਕੰਮ ਅਸੀਂ ਕਿਹੜੇ ਕਰਨੇ? ਅੱਜ ਕੱਲ੍ਹ ਵਕਤ ਚੱਲ ਰਿਹਾ ਮੌਕਾ ਪ੍ਰਸਤੀ। ਇੱਕ ਬੰਦਾ ਇੱਥੇ ਬੈਠਾ, ਉੱਥੇ ਇੱਕ ਨੂੰ ਮਾੜਾ ਕਹਿ ਰਿਹਾ, ਦੂਜੀ ਮਜਲਿਸ ਵਿੱਚ ਜਾ ਕੇ ਉਹਨੂੰ ਚੰਗਾ ਕਹੇਗਾ, ਉਹਦੇ ਨਾਲ ਤੁਰੋ ਤੁਸੀਂ। ਇੰਨਾ ਝੂਠ, ਇੰਨਾ ਬਦਲਵਾਂ ਕੰਮ, ਬਦਲੀ ਵੀ ਜਾਣਾ ਅਤੇ ਰੱਬ ਦਾ ਇਹਦੇ ਨਾਲ ਕੋਈ ਨਾਤਾ ਨਹੀਂ। ਰੱਬ ਤਾਂ ਅੰਦਰੋਂ ਬਾਹਰੋਂ ਇੱਕੋ ਜਿਹਾ। ਉਹ ਕਹਿੰਦਾ ਜਿਹੜਾ ਮਾੜਾ ਹੈ ਉਹਨੂੰ ਸਾਹਮਣੇ ਕਹਿ ਦੇ, ਅੰਦਰੋਂ ਨਾ ਖੋਰ ਰੱਖੀ, ਜਿਹੜੀ ਗੱਲ ਹੈ ਮੂੰਹ ਨਾਲ ਕਹਿ। ਅਸੀਂ ਚਲੇ ਉਲਟ ਗਏ ਬਿਲਕੁਲ। ਕਹਿੰਦੇ ਜੀ ਨੀਤੀ ਵਰਤਨੇ ਆ। ਗੁਰੂ ਸਾਹਿਬ ਕਹਿੰਦੇ ਵੀ ਤੂੰ ਨੀਤੀ ਵਰਤਣਾ ਤਾਂ ਹੁਣ ਮੈਂ ਵੀ ਨੀਤੀ ਵਰਤਾਂਗਾ। ਤੁਰਿਆ ਫਿਰ ਖਾਲੀ ਹੱਥ ਝਾੜ ਕੇ, ਪੱਲੇ ਕੱਖ ਨਹੀਂ ਪੈਣਾ ਤੇਰਾ। ਇੱਥੇ ਤਾਂ ਸਿੱਧੇ ਲੋਕਾਂ ਦਾ ਰਾਹ ਸੀ, ਉਸ ਗਾਡੀ ਰਾਹ 'ਤੇ ਗੁਰਮੁਖ ਚੱਲਦੇ ਨੇ। ਫਿਰ ਕਹਿੰਦੇ ਸਾਧ ਸੰਗਤ ਮਿਲ ਚੱਲਣਾ, ਭੱਜ ਗਏ ਠੱਗ ਚੋਰ ਡਰਨ ਦੇ। ਇਹ ਜਿਹੜੇ 5 ਚੋਰ ਨੇ ਨਾ, ਕਿੱਥੋਂ ਡਰਦੇ ਨੇ? ਗੁਰਮੁਖਾਂ ਦੀ ਸੰਗਤ ਵਿੱਚ, ਸਾਧ ਸੰਗਤ। ਸਾਧ ਸੰਗਤ ਦੇ ਅਰਥ ਭੀੜ ਨਹੀਂ ਹੁੰਦੇ। ਮੈਂ ਪਹਿਲਾਂ ਵੀ ਬੇਨਤੀ ਕਰਨਾ, ਭੀੜ ਨੂੰ ਸਾਧ ਸੰਗਤ ਨਹੀਂ ਕਹਿੰਦੇ। ਸਾਧ ਸੰਗਤ ਦਾ ਅਰਥ ਹੈ ਜਿਸ ਬੰਦੇ ਨੇ ਆਪਣਾ ਜੀਵਨ ਸਾਧ ਲਿਆ, ਉਹਨਾਂ ਗੁਰਮੁਖਾਂ ਦੀ ਸੰਗਤ ਕਰਨੀ, ਉਹਨੂੰ ਸਾਧ ਸੰਗਤ ਕਹਿੰਦੇ। ਆਹ ਵੀ ਸਾਧ ਸੰਗਤ ਹੈ, ਕਿਉਂਕਿ ਇਹਦੇ ਵਿੱਚ ਆਪ ਗੁਰਮੁਖ ਜਿਹੜੇ ਬੈਠੇ ਉਹ ਸਾਧਕ ਨੇ, ਸਾਧਨਾ ਕਰ ਰਹੇ ਨੇ, ਮਿਹਨਤ ਕਰ ਰਹੇ ਨੇ। ਕਹਿੰਦੇ ਜਿਹੜੇ ਸਾਧ ਸੰਗਤ ਦੇ ਸਹਾਰੇ ਨਾਲ ਇਸ ਰਾਹ 'ਤੇ ਤੁਰਦੇ ਨੇ, ਉਹ 5 ਵਿਕਾਰ ਜਿਹੜੇ ਭੱਜ ਜਾਂਦੇ ਨੇ। ਚੋਰ ਲੈ ਲਾਹਾ ਨਿਜ ਘਰ ਨਿਭਾਉਂਦੇ, ਲਾਹਾ ਪ੍ਰਾਪਤ ਕਰਕੇ ਨਿਜ ਘਰ, ਅਸਲੀ ਘਰ ਦੇ ਵਿੱਚ ਅਸਲੀ ਧਨ ਨੂੰ ਇਕੱਠਾ ਕਰ ਲੈਂਦੇ ਨੇ, ਨਾਮ ਦਾ ਖਜ਼ਾਨਾ ਇਕੱਠਾ ਕਰ ਲੈਂਦੇ, ਜਿਹੜਾ ਇੱਥੇ ਲੋਕ ਵਿੱਚ ਵੀ ਚੱਲਦਾ ਅਤੇ ਪਰਲੋਕ ਵਿੱਚ ਵੀ ਚੱਲਦਾ। ਇਹ ਸਾਰੀ ਪੌੜੀ ਦਾ, ਯਾਨੀ ਕਿ ਸਾਰੀ 5ਵੀਂ ਵਾਰ ਦਾ ਮੈਂ ਇੱਕ ਤਾਤਪਰਜ, ਕਿਉਂਕਿ ਪੌੜੀਆਂ ਬਹੁਤ ਜ਼ਿਆਦਾ ਨੇ, 40 ਵਾਰਾਂ ਨੇ ਅਤੇ ਹਰ ਇੱਕ ਵਾਰ ਦੇ ਵਿੱਚ 20-20 ਪੌੜੀਆਂ ਨੇ, ਤੁਸੀਂ ਵੇਖੋ ਕਿੰਨੀਆਂ ਪੌੜੀਆਂ ਹੋਣਗੀਆਂ। ਇਸ ਕਰਕੇ ਸਿਧਾਂਤ ਇੱਕੋ ਹੀ ਹੈ ਜਿਹੜੀ ਪੌੜੀ ਵਿੱਚ। ਇਹਦਾ ਸਿਧਾਂਤ ਹੈ ਵੀ ਜਿਹੜੇ ਫੋਕਟ ਕਰਮ ਨੇ ਨਾ, ਜਿਹੜੇ ਕਰਮ ਕਾਂਡਾਂ ਵਿੱਚ ਲੋਕ ਫਸੇ ਹੋਏ ਨੇ, ਉਹਦੇ 'ਚੋਂ ਸਿੱਖ ਜਿਹੜਾ ਨਿਕਲ ਕੇ ਗੁਰਬਾਣੀ ਨਾਲ ਜੁੜੇ, ਇੱਕ ਗੁਰੂ 'ਤੇ ਭਰੋਸਾ ਕਰਕੇ ਦੁਬਿਧਾ ਨੂੰ ਤਿਆਗ ਕੇ ਨਾਮ ਜਪੇ,
और लाहा प्राप्त करे। इस सारी वार का यह प्रयोजन पंजवीं का है। आओ समय दे विच रह के आप दो चार मिनट होर सिमरन करना, सारे पूरी तरह एकाग्र चित हो के बैठो चौंकड़ा मार के, क्योंकि पहला अपने आप नू सोधना, शरीर नू ठीक करना, सीधे हो के बहना, फिर नेत्र बंद कर लेने ता कि अपना ध्यान जिहड़ा अखां दे राही बहुत बाहर जांदा है वह एकाग्र हो जाएगा। और फिर उच्ची आवाज़ में शब्द नू बोलना है और गुरु ग्रंथ साहिब के चरणों में अरदास करनी, मन जुड़ जाता है और ये दात जिहड़ी अमृत की सतगुरु कहिंदे प्राप्त हुंदी है। ਵਾਹਿਗੁਰੂ 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 ਵਾਹਿਗੁਰੂ।